एक ओंकार सतनाम, कर्ता पुरख निर्भव निर्भय, अकाल मूरत अजूनी सैभं गुरुप्रसाद, जप आदि सच जोगाद सच है पी सच नानक होसी पी सच, दंडौत बंदन अनक बार, सर्व कला समरथ डोलन ते राखो प्रभु, नानक दे कर हथ डोलन ते राखो प्रभु, नानक दे कर हथ। परम सम्मान योग गुरु रूप सत्संग जीओ, कुछ समा गुरु क्या विचार आप जी नूं सरवण करा सका। उस तो पहले दसवें पातशाह दी बख्शिश कीती होई पावन पवित्र फतेह सनिमर प्रवान करनी, वाहेगुरु जी का खालसा वाहेगुरु जी की फतेह। पिछले तीन दिनों तो आप विचारां सरवण कर रहे हो गुरु ग्रंथ साहब महाराज नूं असी मत्था टेकदे हाँ, पर क्या गुरु साडा मत्था टेकना प्रवान करदा है? गुरबाणी कहती है नहीं करता है। कारण की है? जिस ढंग दे नाल गुरु ने सानू आख्या ना मत्था टेक, उस ढंग नाल असी एक बारी भी मत्था नहीं टेकते हाँ। गुरु दा ढंग की है? डंडौत बंदन अनक बार, सर्व कला समर्थ। दंडवत प्रणाम कर, डंडे दी तरह सीधा हो के फिर मत्था टेक। पर असी अपने शरीर नू ते लैके आ जाने, मन साडा कदी आउंदा ही नहीं है इत्थे, क्योंकि गुरबाणी दी जितनी भी सिक्ख्या है ना, सिक्खी सिक्ख्या गुर विचार, ये विचारां साडे मन वास्ते ने, तन वास्ते नहीं हैं। चलो थोड़ा बहुत किधरे तन वास्ते भी हो सकता है, पर मूल विचारां मन वास्ते ने। मन अगर शामिल नहीं है, मत्था टेकदे पे हाँ, गुरु मत्था टेकना प्रवान नहीं करता है साडा। मन शामिल नहीं है, पाठ कर रहे हैं असी, गुरु प्रवान नहीं करता है। सुनो, मन शामिल नहीं है, कीर्तन कर रहे हैं कथा कर रहे हैं, गुरु प्रवान नहीं करता है। जैसे आपने रात नू पंक्तियां सरवण कीतियां सन, कोई गावे रागी नादी बेदी बहु पांत कर, नहीं हर हर पीजे राम राजे। परमात्मा खुश नहीं होंदा, क्यों? जिना अंतर कपट विकार है तिना रोए क्या कीजे। अंदर कपट भरिया होया, करदा पिया गुरु दा कीर्तन, गुरु नानक किसनू प्रवान नहीं करदे हन।
ਕਰ ਰਹੇ ਹਾਂ ਗੁਰੂ ਦੀ ਕਥਾ, ਜੋ ਕੁਛ ਦੁਨੀਆ ਨੂੰ ਉਪਦੇਸ਼ ਦੇ ਰਹੇ ਹਾਂ ਆਪਣੇ ਹੀ ਮੰਨੀ ਮੰਨਦਾ ਉਸ ਨੂੰ ਤਾਂ ਗੁਰੂ ਨਾਨਕ ਪ੍ਰਵਾਨੀ ਕਰਦੇ ਹਨ। ਔਰਨ ਕੋ ਉਪਦੇਸ਼ ਤੇ ਮੁਖਮੇ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰਕਾ ਖੇਤ। ਦੂਜਿਆਂ ਨੂੰ ਉਪਦੇਸ਼ ਕਰ ਰਹੇ ਨੇ ਅੰਮ੍ਰਿਤ ਵੇਲੇ ਉੱਠੋ ਬਾਣੀ ਪੜ੍ਹੋ, ਆਪਣੇ ਜੀਵਨ ਵਿੱਚ ਕੁਛ ਆਈ ਨਹੀਂ ਹੈ ਉਹਨਾਂ ਦੇ। ਇਸ ਤਰ੍ਹਾਂ ਦੇ ਲੋਕਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਦੂਜਿਆਂ ਨੂੰ ਉਪਦੇਸ਼ ਦੇ ਰਹੇ ਨੇ, ਆਪ ਕਰਦੇ ਨਹੀਂ ਹਨ, ਤਾਂ ਮਹਾਰਾਜ ਕਹਿੰਦੇ ਨੇ ਫਿਰ ਵਾਰ ਵਾਰ ਜਨਮ ਮਰਨ ਦੇ ਵਿੱਚ ਪੈਣਗੇ। ਮੱਥਾ ਟੇਕ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਪਰ ਜੋ ਕੁਛ ਗੁਰੂ ਦਾ ਉਪਦੇਸ਼ ਸਾਨੂੰ ਸਮਝਾਉਂਦਾ ਹੈ ਉਸ ਦੇ ਉੱਤੇ ਕਦੀ ਅਮਲ ਹੀ ਨਹੀਂ ਕਰਦੇ ਹਾਂ ਅਸੀਂ। ਸੀਸ ਨਿਵਾਈਏ ਕਿਆ ਥੀਏ ਜਾਂ ਰਿਦੇ ਕੁਸੁੱਦੇ ਜਾ ਹੈ। ਮੱਥਾ ਟੇਕਣ ਦਾ ਤੇਰਾ ਕੀ ਲਾਭ ਹੈ, ਅੰਦਰੋਂ ਤੇ ਤੇਰਾ ਹਿਰਦਾ ਕਿਸੇ ਹੋਰ ਪਾਸੇ ਜਾਂਦਾ ਪਿਆ, ਅੰਦਰੋਂ ਤੇ ਮਨ ਮੰਨਦਾ ਹੀ ਨਹੀਂ ਹੈ। ਗੁਰਬਾਣੀ ਕਿਤਨਾ ਵੀ ਆਖੇ ਅੰਮ੍ਰਿਤ ਵੇਲੇ ਉੱਠੋ, ਸਿੱਖ ਕਹਿ ਦਿੰਦਾ ਮਹਾਰਾਜ ਇਹ ਨਹੀਂ ਹੋ ਸਕਦਾ ਹੈ। ਗੁਰਬਾਣੀ ਕਿਤਨੇ ਹੀ ਆਖੇ ਕਿ ਸਤ ਸੰਗਤ ਵਿੱਚ ਆਓ, ਕਹਿੰਦੇ ਨੇ ਮਹਾਰਾਜ ਨਹੀਂ ਹੋ ਸਕਦਾ ਹੈ। ਗੁਰਬਾਣੀ ਕਿਤਨੇ ਹੀ ਆਖੇ ਕਿ ਇਸ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਪ੍ਰਭੂ ਦੇ ਮਾਰਗ 'ਤੇ ਚਲਾਓ, ਕਹਿੰਦੇ ਨੇ ਮਹਾਰਾਜ ਜੀ ਵਿਚਾਰਾਂ ਤੁਸੀਂ ਆਪਣੇ ਕੋਲ ਹੀ ਰੱਖੋ ਬਸ। ਇਸ ਨੂੰ ਮਹਾਰਾਜ ਨੇ ਇੰਜ ਬਿਆਨ ਕੀਤਾ, ਸਲਾਮ ਜਵਾਬ ਦੋਵੇਂ ਕਰੇ, ਮੁੱਢੋ ਕੁੱਥਾ ਜਾਏ। ਮੱਥਾ ਤੇ ਟੇਕਦਾ ਪਰ ਨਾਲ ਜਵਾਬ ਵੀ ਦੇ ਦਿੰਦਾ ਸੱਚੇ ਪਾਤਸ਼ਾਹ, ਕਰਨਾ ਅਸੀਂ ਉਹੀ ਹੈ ਜੋ ਸਾਡੇ ਮਨ ਵਿੱਚ ਹੈ, ਤੂੰ ਜੋ ਵਿਚਾਰਾਂ ਦੇਣੀਆਂ ਨੇ ਉਹ ਆਪਣੇ ਕੋਲ ਰੱਖ। ਤੂੰ ਮੱਥਾ ਤੈਨੂੰ ਟੇਕਾਂਗੇ ਪਰ ਕਰਮਾਂ ਤੇਰੀ ਕਰਾਂਗੇ, ਹੱਥ ਜੋੜਾਂਗੇ ਪਰ ਤੇਰੇ ਉਪਦੇਸ਼ ਨੂੰ ਨਹੀਂ ਮੰਨਾਂਗੇ ਅਸੀਂ। ਸਲਾਮ ਜਵਾਬ ਦੋਵੇਂ ਕਰੇ। ਤੁਸੀਂ ਕਦੀ ਦੇਖਿਆ, ਕਦੀ ਕੋਈ ਕੰਮ ਨਾ ਕਰਨਾ ਹੋਵੇ, ਅਸੀਂ ਤਾਂ ਅੰਗੂਠਾ ਦਿਖਾ ਦਿੰਦੇ ਹਾਂ ਵੀ ਨਹੀਂ ਹੋ ਸਕਦਾ ਹੈ, ਇਹੀ ਕਰਦੇ ਹਨ। ਹੁਣ ਜਦ ਮੈਂ ਦੇਖਦਾ ਕਈ ਲੋਕ ਮੱਥਾ ਟੇਕਦੇ ਨੇ ਤਾਂ ਇੰਜ ਹੱਥ ਰੱਖ ਲੈਂਦੇ ਨੇ, ਅੰਗੂਠੇ ਦੇ ਉੱਤੇ ਫਿਰ ਸਿਰ ਰੱਖ ਲੈਂਦੇ ਨੇ, ਤਾਂ ਮੈਂ ਸਮਝਦਾ ਉਹਨਾਂ ਦੀ ਅੰਦਰ ਦੀ ਭਾਵਨਾ ਬਾਹਰ ਨਿਕਲ ਜਾਂਦੀ ਹੈ ਬਈ ਗੁਰੂ ਮੱਥਾ ਤੈਨੂੰ ਟੇਕਾਂਗੇ ਪਰ ਤੇਰਾ ਉਪਦੇਸ਼ ਇਹ ਅੰਗੂਠਾ ਦਿਖਾ ਦਿੱਤਾ, ਮੈਂ ਨਹੀਂ ਮੰਨਦੇ ਹਾਂ ਅਸੀਂ। ਮੱਥਾ ਜ਼ਰੂਰ ਟੇਕਦੇ ਹਾਂ, ਸਲਾਮ ਜਵਾਬ ਦੋਵੇਂ ਕਰ, ਦੋਨੋਂ ਹੀ ਕਰਦਾ ਵੇ, ਸਲਾਮ ਵੀ ਕਰਦਾ ਅਤੇ ਜਵਾਬ ਵੀ ਦੇ ਦਿੰਦਾ, ਨਹੀਂ ਕਰਾਂਗੇ। ਅੰਮ੍ਰਿਤ ਛਕੋ ਮਹਾਰਾਜ, ਅਜੇ ਤਾਂ ਖਾਣ ਪੀਣ ਦੀ ਉਮਰ ਹੈ, ਕੋਈ ਅੰਮ੍ਰਿਤ ਛਕਣ ਦੀ ਉਮਰ ਹੈ, ਇਹੀ ਆਖਣੇ ਹੈ। ਮੈਂ ਕਈ ਘਰਾਂ ਦੇ ਵਿੱਚ ਦੇਖਿਆ ਛੋਟੇ ਬੱਚੇ ਜਿੱਦ ਕਰਦੇ ਨੇ, ਮੈਂ ਅੰਮ੍ਰਿਤ ਛਕਣਾ ਹੈ, ਦਸਤਾਰ ਸਜਾਣੀ ਹੈ, ਕਿਰਪਾਨ ਪਹਿਨਣੀ ਹੈ, ਮਾਂ ਬਾਪ ਰੋਕ ਦਿੰਦੇ ਨੇ, ਇਹ ਕੋਈ ਉਮਰ ਹੈ ਤੇਰੀ, ਹੱਦ ਹੋ ਗਈ ਹੈ। ਧਰਮ ਦੇ ਮਾਰਗ 'ਤੇ ਚੱਲਣ ਦੀ ਵੀ ਕੋਈ ਉਮਰ ਹੁੰਦੀ ਹੈ? ਇਹ ਪੰਜ ਪੰਜ ਸਾਲ ਦੇ ਬਾਲਕ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪੰਜ ਪੰਜ ਸਾਲ ਦੇ, ਅਤੇ ਮਹਾਰਾਜ ਨੇ ਆਖਿਆ ਜੇ ਸਿਮਰਨ ਕਰਨਾ ਹੀ ਹੈ ਨਾ ਤਾਂ ਇਹਨਾਂ ਦੀ ਤਰ੍ਹਾਂ ਕਰੋ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪੰਜ ਪੰਜ ਸਾਲ ਦੇ ਬਾਲਕ ਸਨ, ਕੋਈ ਜ਼ਿਆਦਾ ਉਮਰ ਤਾਂ ਨਹੀਂ ਸੀ। ਮਹਾਰਾਜ ਕਹਿੰਦੇ ਨੇ ਜੇ ਰਾਮ ਦਾ ਸਿਮਰਨ ਕਰਨਾ ਹੀ ਹੈ ਤਾਂ ਇਹਨਾਂ ਬੱਚਿਆਂ ਦੀ ਤਰ੍ਹਾਂ ਕਰੋ, ਤੂੰ ਵੱਡਾ ਹੋ ਗਿਆ 50 ਸਾਲ ਦਾ 70 ਸਾਲ ਦਾ, ਤੈਨੂੰ ਸਿਮਰਨ ਕਰਨਾ ਨਹੀਂ ਆਇਆ, ਜੇ ਕਰਨਾ ਹੀ ਹੈ ਤਾਂ ਇਹਨਾਂ ਬੱਚਿਆਂ ਦੀ ਤਰ੍ਹਾਂ ਕਰ ਜਿਵੇਂ ਇਹਨਾਂ ਨੇ ਕੀਤਾ ਵੈ। ਔਰ ਅਸੀਂ ਕਹਿੰਦੇ ਹਾਂ ਅਜੇ ਤਾਂ ਬੱਚਾ ਛੋਟਾ ਹੈ, ਕੋਈ ਅੰਮ੍ਰਿਤ ਛਕਣ ਦੀ ਉਮਰ ਹੈ ਤਾਂ ਫਿਰ ਕਦੋਂ ਕਰੇਗਾ? ਫਿਰ ਜਦੋਂ 70 ਸਾਲ ਹੋ ਜਾਂਦਾ ਫਿਰ ਕਹਿੰਦਾ ਹੁਣ ਕੋਈ ਉਮਰ ਹੈ ਸਾਡੀ ਸਵੇਰੇ ਉੱਠਣ ਦੀ, ਹੁਣ ਤਾਂ ਸਰੀਰ ਸਾਥ ਨਹੀਂ ਦਿੰਦਾ ਸਾਡਾ।
ਫਿਰ ਗੁਰਬਾਣੀ ਕਹਿੰਦੀ ਹੈ ਨੈਨੋ ਨੀਰ ਪਹੇ ਤਨ ਖੀਨਾ, ਉਹ ਫਿਰ ਅੱਖਾਂ ਕੰਮ ਨਹੀਂ ਕਰਦੀਆਂ ਹਨ। ਪਏ ਕੇਸ ਦੁਦਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਣੀ। ਫਿਰ ਕਹਿੰਦਾ ਹੁਣ ਤਾਂ ਨਾ ਗੋਡੇ ਸਾਥ ਦਿੰਦੇ ਨੇ ਬਹਿਣ ਨੂੰ, ਨਾ ਕਮਰ ਸਾਥ ਦਿੰਦੀ ਹੈ ਬਹਿਣ ਵਾਸਤੇ, ਨਾ ਕੰਠ ਸਾਥ ਦਿੰਦਾ ਉਚਾਰਨ ਕਰਨ ਵਾਸਤੇ, ਨਾ ਅੱਖਾਂ ਸਾਥ ਦਿੰਦੀਆਂ ਨੇ ਦੇਖਣ ਵਾਸਤੇ, ਨਾ ਕੰਨ ਸਾਥ ਦਿੰਦੇ ਨੇ ਸੁਣਨ ਵਾਸਤੇ। ਤਾਂ ਫਿਰ ਕਿਹੜੀ ਉਮਰ ਦੇ ਵਿੱਚ ਕਰੇਗਾ ਬੰਦਾ, ਕਿਸ ਉਮਰ ਵਿੱਚ ਕਰਾਂਗੇ ਫਿਰ? ਪਰ ਸਲਾਮ ਜਵਾਬ ਦੋਵੇਂ ਕਰੇ, ਮੱਥਾ ਵੀ ਟੇਕਦਾ ਅਤੇ ਅੱਗੋਂ ਜਵਾਬ ਵੀ ਦੇ ਦਿੰਦਾ ਵੇ, ਮਹਾਰਾਜ ਇਹ ਕੇਸ ਤੇਰੇ ਨਹੀਂ ਰੱਖਣੇ ਅਸੀਂ, ਇਹ ਕੜਾ ਤੂੰ ਰੱਖ ਆਪਣੇ ਕੋਲ, ਕਿਰਪਾਨ ਨਹੀਂ ਪਹਿਨਣੀ ਤੇਰੀ। ਹੁਣ ਤਾਂ ਪੜ੍ਹ ਲਿਖ ਗਏ ਨੇ, ਜਦੋਂ ਦੁਨੀਆ ਅਨਪੜ੍ਹ ਸੀ ਨਾ ਤੋ ਇਤਨੇ ਸਵਾਲ ਨਹੀਂ ਸਨ ਆਉਂਦੇ ਧਰਮ ਦੇ ਉੱਤੇ। ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਕਬੂਲ ਕੀਤਾ ਜਾਂਦਾ ਸੀ। ਹੁਣ ਸਾਡੇ ਲੋਕ ਪੜ੍ਹ ਲਿਖ ਗਏ ਨੇ, ਇੱਕ ਇੱਕ ਗੱਲ ਦੇ ਉੱਤੇ ਅੱਗੋਂ ਸਵਾਲ ਜਵਾਬ ਕਰਦੇ ਨੇ, ਕੇਸ ਰੱਖਣ ਦਾ ਕੀ ਫਾਇਦਾ ਹੈ, ਅੰਮ੍ਰਿਤ ਛਕਣ ਨਾਲ ਕੀ ਹੁੰਦਾ, ਬਾਣੀ ਪੜ੍ਹਨ ਨਾਲ ਕੀ ਹੁੰਦਾ, ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਆਉਂਦਾ ਵੇ? ਇਹ ਤਾਂ ਰਿਪੀਟੀਸ਼ਨ ਹੈ, ਬਾਰ ਬਾਰ ਇੱਕੋ ਹੀ ਚੀਜ਼ ਨੂੰ ਦੁਹਰਾਈ ਜਾਣਾ ਦੁਹਰਾਈ ਜਾਣਾ, ਇਹ ਵੀ ਕੋਈ ਕੰਮ ਹੈ? ਮਸਕੀਨ ਜੀ ਨੂੰ ਇੱਕ ਸੱਜਣ ਨੇ ਸਵਾਲ ਕੀਤਾ ਸੀ, ਮਸਕੀਨ ਜੀ ਰਿਪੀਟੀਸ਼ਨ ਨੂੰ ਮਨੋਵਿਗਿਆਨਿਕਾਂ ਨੇ ਠੀਕ ਨਹੀਂ ਮੰਨਿਆ, ਵੀ ਇੱਕੋ ਹੀ ਚੀਜ਼ ਨੂੰ ਵਾਰ ਵਾਰ ਦੁਹਰਾਈ ਜਾਣਾ ਇਹ ਅਵਗੁਣ ਹੈ, ਗੁਣ ਨਹੀਂ ਹੈ ਅਵਗੁਣ ਹੈ। ਅਤੇ ਇਹ ਕੀ ਤੁਸੀਂ ਉਪਦੇਸ਼ ਦਿੰਦੇ ਹੋ ਵੀ ਸਵੇਰੇ ਉੱਠੋ ਅਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਕਰੀ ਜਾਓ ਕਰੀ ਜਾਓ, ਇਹ ਤਾਂ ਰਿਪੀਟੀਸ਼ਨ ਹੈ, ਇਹਦੇ ਨਾਲ ਕੀ ਹੋਵੇਗਾ? ਮਸਕੀਨ ਜੀ ਕਹਿੰਦੇ ਨੇ ਠੀਕ ਹੈ, ਇੱਕ ਚੀਜ਼ ਨੂੰ ਵਾਰ ਵਾਰ ਅਗਰ ਨਹੀਂ ਕਰਨਾ ਚਾਹੀਦਾ ਤਾਂ ਫਿਰ ਤੂੰ ਆਪਣੇ ਜੀਵਨ ਦੇ ਵਿੱਚ ਚਾਤ ਮਾਰ ਕੇ ਦੇਖ ਕਿਤਨਾ ਰਿਪੀਟੀਸ਼ਨ ਹੈ। ਸਵੇਰੇ ਪਾਣੀ ਦਾ ਗਿਲਾਸ ਪੀਤਾ, 10 ਵਜੇ ਫਿਰ ਪੀਵੇਂਗਾ, ਦੁਪਹਿਰ ਨੂੰ ਫਿਰ ਪੀਏਗਾ, ਸ਼ਾਮ ਨੂੰ ਫਿਰ ਪੀਏਗਾ, ਰਾਤ ਨੂੰ ਫਿਰ ਪੀਏਗਾ, ਇਹ ਤਾਂ ਰਿਪੀਟੀਸ਼ਨ ਹੈ, ਕਿਉਂ ਪੀਣਾ? ਸਵੇਰੇ ਖਾਧਾ, ਫਿਰ ਦੁਪਹਿਰ ਨੂੰ ਖਾਧਾ, ਫਿਰ ਰਾਤ ਨੂੰ ਖਾਂਦਾ, ਅਗਲੇ ਦਿਨ ਫਿਰ ਖਾਏਗਾ, ਇਹ ਤਾਂ ਰਿਪੀਟੀਸ਼ਨ ਹੈ, ਬੰਦ ਕਰ। ਕਿਉਂ ਕਰਨਾ ਇਸਨੂੰ? ਇੱਕ ਸਵਾਸ ਜੋ ਅੰਦਰ ਜਾ ਰਿਹਾ, ਬਾਹਰ ਨਿਕਲਦਾ, ਫਿਰ ਅੰਦਰ ਜਾਂਦਾ, ਫਿਰ ਬਾਹਰ ਨਿਕਲਦਾ, ਫਿਰ ਅੰਦਰ ਜਾਂਦਾ, ਇਹ ਤਾਂ ਰਿਪੀਟੀਸ਼ਨ ਹੈ, ਬੰਦ ਕਰ ਇਸਨੂੰ, ਕਿਉਂ ਕਰਨਾ ਹੈ? ਅਗਰ ਰਿਪੀਟੀਸ਼ਨ ਨਾ ਹੋਵੇ, ਇੱਕ ਚੀਜ਼ ਨੂੰ ਵਾਰ ਵਾਰ ਰਿਪੀਟ ਨਾ ਕੀਤਾ ਜਾਏ, ਜ਼ਿੰਦਗੀ ਖਤਮ ਹੋ ਜਾਏਗੀ, ਨਹੀਂ ਚੱਲ ਸਕੇਗੀ। ਜੈਸੇ ਸਵਾਸ ਵਾਰ ਵਾਰ ਚੱਲਦੇ ਪਏ ਨੇ, ਪਰਮਾਤਮਾ ਦਾ ਨਾਮ ਵੀ ਵਾਰ ਵਾਰ ਚੱਲਣਾ ਚਾਹੀਦਾ ਵੇ, 24 ਘੰਟੇ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕੈਸੋ ਕੈਸੋ ਕੂਕੀਏ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹਿ ਕ ਸੁਨੇ ਪੁਕਾਰ। ਕਬੀਰ ਸਾਹਿਬ ਕਹਿੰਦੇ ਨੇ ਮੈਂ ਤਾਂ 24 ਘੰਟੇ ਉਸਦਾ ਨਾਮ ਸਿਮਰਨ ਕਰੀ ਜਾਂਦਾ ਕਰੀ ਜਾਂਦਾ ਵਾਂ, ਪਤਾ ਨਹੀਂ ਕਦੋਂ ਮੇਰੀ ਪੁਕਾਰ ਸੁਣ ਲਵੇ, ਪਤਾ ਨਹੀਂ ਕਿਸ ਵੇਲੇ ਮੇਰੀ ਆਵਾਜ਼ ਪਰਮਾਤਮਾ ਤੱਕ ਪਹੁੰਚ ਜਾਵੇ। ਮੈਂ ਤਾਂ 24 ਘੰਟੇ ਹੀ ਜਪਦਾ ਪਿਆ ਵਾਂ, ਗੁਰਮੁਖ ਰੋਮ ਰੋਮ ਹਰ ਤਿਆਵੇ, ਇਹ ਰਿਪੀਟੀਸ਼ਨ ਨਹੀਂ ਹੈ। ਪਰ ਅੱਜ ਸਵਾਲ ਕੀਤਾ ਜਾਂਦਾ ਹੈ, ਪਿਛਲੇ ਸਾਲ ਦੀ ਗੱਲ ਹੈ, ਵਿਸਾਖੀ 'ਤੇ ਮੈਂ ਜੋਧਪੁਰ ਗਿਆ, ਉਦੈਪੁਰ ਗਿਆ, ਇੱਕ ਸੱਜਣ ਆ ਗਿਆ ਉੱਥੇ, ਕਹਿੰਦੇ ਗਿਆਨੀ ਜੀ ਦੱਸੋ ਅੰਮ੍ਰਿਤ ਛਕਣ ਨਾਲ ਕੀ ਹੁੰਦਾ ਵੇ? ਗੁਰੂ ਗੋਬਿੰਦ ਸਿੰਘ ਤੋਂ ਪਹਿਲੇ ਜਿਹੜੇ ਸਿੱਖ ਸਨ, ਕਿਆ ਉਹ ਸਿੱਖ ਨਹੀਂ ਸਨ? ਉਹਨਾਂ ਨੇ ਕਿਹੜਾ ਅੰਮ੍ਰਿਤ ਪਾਨ ਕੀਤਾ ਸੀ? ਅੰਮ੍ਰਿਤ ਛਕਣ ਨਾਲ ਕੀ ਹੋਵੇਗਾ? ਮੈਂ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਤੂੰ ਪੱਕਾ ਮਨ ਬਣਾਇਆ ਕਿ ਮੈਂ ਅੰਮ੍ਰਿਤ ਨਹੀਂ ਛਕਣਾ ਹੈ। ਜੇ ਤੂੰ ਛਕਣਾ ਹੁੰਦਾ ਤਾਂ ਇਹ ਸਵਾਲ ਹੀ ਨਾ ਪੈਦਾ ਹੁੰਦਾ ਅੰਦਰ। ਦੂਸਰੀ ਗੱਲ ਇਹ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਦਿਨ ਅੰਮ੍ਰਿਤ ਛਕਾਇਆ ਸੀ ਨਾ,
ਤਾਂ ਉਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਦੋਨੋਂ ਹੱਥ ਜੋੜ ਕੇ ਫਿਰ ਆਪ ਖੜ੍ਹੇ ਹੋ ਗਏ ਸਨ ਅਤੇ ਮਹਾਰਾਜ ਨੇ ਆਖਿਆ, ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਹੋ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ, ਸ਼ੰਕਾ ਨਾ ਕੀਜੇ, ਸਾਵਧਾਨ ਹੋਏ ਦੀਜੇ, ਅਬ ਅੰਮ੍ਰਿਤ ਛਕਾਓ ਜੈਸੇ ਤੁਮ ਲੀਨਿਓ। ਜਿਸ ਤਰ੍ਹਾਂ ਗੁਰੂ ਨਾਨਕ ਨੇ ਗੁਰੂ ਅੰਗਦ ਨੂੰ ਬਣਾਇਆ ਸੀ ਨਾ, ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਮੈਂ ਤੁਹਾਨੂੰ ਬਣਾਇਆ ਵੇ। ਅਤੇ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਣਾਇਆ, ਹੁਣ ਤੁਸੀਂ ਮੈਨੂੰ ਬਣਾ ਦਿਓ। ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਹੋ ਮੈਂ ਅਬ। ਸਤਿਗੁਰੂ ਕਹਿੰਦੇ ਨੇ ਖਾਲਸਾ ਵੀ ਗੁਰੂ ਹੈ ਅਤੇ ਮੈਂ ਵੀ ਗੁਰੂ ਹਾਂ, ਦੋਨਾਂ ਦੇ ਵਿੱਚ ਬਰਾਬਰੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਬਣਾਇਆ, ਹੁਣ ਇਸ ਤਰ੍ਹਾਂ ਤੁਸੀਂ ਮੈਨੂੰ ਬਣਾ ਦਿਓ। ਮੈਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਹੱਥ ਜੋੜ ਕੇ ਅੰਮ੍ਰਿਤ ਦੀ ਜਾਚਨਾ ਕਰਦੇ ਨੇ, ਅਤੇ ਜੇ ਗੁਰੂ ਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ ਤਾਂ ਕਿਆ ਸਿੱਖ ਨੂੰ ਨਹੀਂ ਹੈ ਜ਼ਰੂਰੀ? ਸਿੱਖ ਨੂੰ ਵੀ ਤਾਂ ਅੰਮ੍ਰਿਤ ਛਕਣਾ ਚਾਹੀਦਾ ਨਾ। ਕਹਿੰਦਾ ਅੰਮ੍ਰਿਤ ਛਕਣ ਨਾਲ ਕੀ ਆਉਂਦਾ? ਮਨ ਸਾਫ਼ ਹੋਣਾ ਚਾਹੀਦਾ ਵੇ। ਤਾਂ ਮੈਂ ਕਿਹਾ ਗੁਰੂ ਦਾ ਮਨ ਸਾਫ਼ ਨਹੀਂ ਸੀ, ਫਿਰ ਉਹਨੂੰ ਅੰਮ੍ਰਿਤ ਛਕਣਾ ਪਿਆ ਵੇ। ਤੇਰਾ ਮਨ ਜ਼ਿਆਦਾ ਸਾਫ਼ ਹੋ ਗਿਆ ਵੇ ਤਾਂ ਗੁਰੂ ਤੋਂ ਵੀ ਉੱਤੇ ਨਿਕਲ ਗਿਆ ਵੇ। ਲੇਕਿਨ ਸਲਾਮ ਜਵਾਬ ਦੋਵੇਂ ਕਰੇ, ਮੱਥਾ ਵੀ ਟੇਕਦੇ ਹਾਂ ਅੱਗੋਂ ਜਵਾਬ ਵੀ ਦੇਈ ਜਾਂਦੇ ਹਾਂ। ਪਹਿਲੇ ਤਾਂ ਲੋਕ ਵੈਸੇ ਹੀ ਜ਼ੁਬਾਨ ਤੋਂ ਬੋਲਦੇ ਸਨ, ਹੁਣ ਤਾਂ ਲਿਖਤੀ ਰੂਪ ਵਿੱਚ ਹੀ ਕਰਨ ਲੱਗ ਪਏ ਨੇ। ਔਰ ਬਹੁਤ ਨਿਜ਼ਾਮ ਸਾਡਾ ਵਿਗੜਦਾ ਜਾ ਰਿਹਾ, ਲੋਕ ਤਮਾਸ਼ਾ ਦੇਖਦੇ ਪਏ ਨੇ, ਹੋਰ ਕੁਛ ਨਹੀਂ ਹੈ, ਅਸੀਂ ਆਪਣੇ ਤਮਾਸ਼ਾ ਬਣਾਈ ਜਾਂਦੇ ਹਾਂ। ਸਲਾਮ ਜਵਾਬ ਦੋਵੇਂ ਕਰੇ, ਮੁੱਢੋ ਕੁੱਥਾ ਜਾਏ, ਮੱਥਾ ਟੇਕਦਾ ਪਰ ਅੰਦਰੋਂ ਮਨ ਇਸ ਦਾ ਮੰਦਾ ਹੀ ਨਹੀਂ ਹੈ ਬਿਲਕੁਲ। ਅਤੇ ਗੁਰਬਾਣੀ ਕਹਿੰਦੀ ਹੈ, ਸੀਸ ਨਿਵਾਈਏ ਕਿਆ ਥੀਏ, ਜਾਂ ਰਿਦੇ ਕੁਸਦੇ ਜਾਏ, ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਏ। ਕਈ ਇੱਥੇ ਮੱਥਾ ਟੇਕਦੇ ਨੇ ਗੁਰੂ ਨੂੰ ਠੱਗਣ ਵਾਸਤੇ, ਕਈ ਮੱਥਾ ਟੇਕਣ ਵਾਸਤੇ ਆਉਂਦੇ ਨੇ। ਜੈਸੇ ਅਪਰਾਧੀ ਦੂਣਾ ਨਿਵੇਂ ਜੂੰ ਹੰਤਾ ਮਿਰਗਾ ਹੈ। ਹਿਰਨ ਦਾ ਸ਼ਿਕਾਰ ਕਰਨ ਵਾਲੇ ਜਦੋਂ ਜੰਗਲ ਵਿੱਚ ਜਾ ਕੇ ਹਿਰਨ ਦਾ ਸ਼ਿਕਾਰ ਕਰਦੇ ਨਾ, ਤਾਂ ਫਿਰ ਜ਼ਮੀਨ ਦੇ ਉੱਤੇ ਲੇਟ ਜਾਂਦੇ ਨੇ। ਹੱਥ ਦੇ ਵਿੱਚ ਉਹਨਾਂ ਦੇ ਬੰਦੂਕ ਹੁੰਦੀ ਹੈ ਜਾਂ ਤੀਰ ਕਮਾਣ ਹੁੰਦਾ ਹੈ, ਥੋੜ੍ਹੀ ਜਿਹੀ ਗਰਦਨ ਉੱਚੀ ਕਰਕੇ ਫਿਰ ਹਿਰਨ ਨੂੰ ਦੇਖਦੇ ਨੇ, ਫਿਰ ਸਿਰ ਨੀਵਾਂ ਕਰ ਲੈਂਦੇ ਨੇ, ਫਿਰ ਥੋੜ੍ਹਾ ਅੱਗੇ ਵੱਧ ਜਾਂਦੇ ਨੇ, ਫਿਰ ਗਰਦਨ ਉੱਚੀ ਕਰਕੇ ਹਿਰਨ ਨੂੰ ਦੇਖਦੇ ਨੇ, ਫਿਰ ਸਿਰ ਨੀਵਾਂ ਕਰ ਲੈਂਦੇ ਨੇ। ਮਹਾਰਾਜ ਕਹਿੰਦੇ ਨੇ ਇਹ ਜੋ ਬਾਰ ਬਾਰ ਆਪਣੇ ਸਿਰ ਨੂੰ ਚੁਕਾਉਂਦਾ ਪਿਆ ਨਾ, ਕਿਧਰੇ ਇਹ ਨਾ ਸਮਝ ਲੈਣਾ ਕਿ ਪਰਮਾਤਮਾ ਨੂੰ ਸੀਸ ਪਿਆ ਚੁਕਾਉਂਦਾ ਵੇ। ਸਿਰ ਇਸ ਦਾ ਜ਼ਰੂਰ ਚੁੱਕਦਾ ਪਿਆ ਪਰ ਅੰਦਰ ਇਸ ਦੇ ਕਪਟੇ। ਜਿਸ ਵਕਤ ਹਿਰਨ ਨਿਸ਼ਾਨੇ 'ਤੇ ਆ ਗਿਆ ਨਾ, ਉਹਨੇ ਗੋਲੀ ਮਾਰ ਦੇਣੀ ਹੈ ਉਸਨੂੰ। ਇਹ ਇੱਕ ਪ੍ਰਮਾਣ ਦਿੱਤਾ ਵੇ, ਪਰ ਲੋਕ ਗੁਰੂ ਨੂੰ ਵੀ ਸਿਰਫ ਸ਼ਿਕਾਰ ਕਰਨ ਵਾਸਤੇ ਇੱਥੇ ਆਉਂਦੇ ਨੇ, ਹੋਰ ਕੁਛ ਨਹੀਂ ਕਰਦੇ ਨੇ। 10 ਰੁਪਈਏ ਗੋਲਕ ਵਿੱਚ ਪਾ ਦਿੱਤੇ, ਫਿਰ ਇੱਕ ਲੰਬੀ ਲਿਸਟ ਪਿੱਛੇ ਰੱਖ ਦਿੰਦੇ ਨੇ, ਮੇਰਾ ਪਰਿਵਾਰ ਸੁੱਖੀ ਰਹੇ, ਬੱਚੇ ਸੁੱਖੀ ਰਹਿਣ, ਬੱਚੇ ਨੂੰ ਵਿਦਿਆ ਦਾਨ ਹੋਵੇ, ਕਾਰੋਬਾਰ ਚੱਲੇ, ਸਰੀਰ ਸਵਸਥ ਰਹਿਣ, ਪਤਾ ਨਹੀਂ ਕਿਤਨੀਆਂ ਫਿਰ ਪਿੱਛੇ ਅਰਦਾਸਾਂ ਕਰ ਦਿੰਦਾ ਵੇ। 10 ਰੁਪਈਏ ਦੇ ਕੇ ਤੂੰ ਗੁਰੂ ਕੋਲੋਂ ਇਤਨਾ ਕੰਮ ਕਰਵਾਉਣਾ ਚਾਹੁੰਦਾ ਮੈਂ, ਫਿਰ ਚਲੋ ਜੇ ਦੇਣਾ ਵੀ ਹੋਵੇ ਤਾਂ ਕੋਈ ਐਸੀ ਚੀਜ਼ ਦੇਵੇ ਜਿਹਦੇ ਨਾਲ ਗੁਰੂ ਪ੍ਰਸੰਨ ਹੁੰਦਾ ਹੋਵੇ। ਮਹਾਰਾਜ ਨੇ ਆਖਿਆ ਨਾ, ਫਿਰ ਕੀ ਅੱਗੇ ਰੱਖੀ ਹੈ ਜਿੱਤ ਦਿੱਸੇ ਦਰਬਾਰ। ਅੱਗੇ ਕੀ ਰੱਖਾਂ ਜਿਹਦੇ ਨਾਲ ਉਹ ਪਰਮਾਤਮਾ ਦੇ ਦਰਸ਼ਨ ਹੋਣ, ਉਹ ਖੁਸ਼ ਹੋ ਜਾਵੇ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਉੱਠ ਬਾਣੀ ਪੜ, ਸ਼ੁਕਰਾਨਾ ਕਰ ਉਸ ਮਾਲਕ ਦਾ, ਤੇਰੀਆਂ ਝੋਲੀਆਂ ਉਹਨੇ ਆਪੇ ਹੀ ਭਰ ਦੇਣੀਆਂ ਨੇ। ਪਰ ਇਹ ਕੰਮ ਅਸੀਂ ਕਰਦੇ ਹੀ ਨਹੀਂ ਹਾਂ।
10 ਵਜੇ ਉੱਠ ਕੇ ਆ ਰਹੇ ਹਾਂ ਘਰ ਤੋਂ। 100 ਰੁਪਈਏ ਗੁਰੂ ਦੀ ਗੋਲਕ ਵਿੱਚ ਪਾਏ ਨੇ, ਹੁਣ ਪਿੱਛੇ ਇੱਕ ਲੰਬੀ ਲਿਸਟ ਰੱਖ ਦਿੱਤੀ ਹੈ, ਹੁਣ ਤੂੰ ਸਾਰੇ ਕੰਮ ਤੂੰ ਕਰ। ਹੁਣ ਤੂੰ ਕਿਹਾ ਗੁਰੂ ਵਿਹਲਾ ਬੈਠਾ ਸਾਰੇ ਕੰਮ ਕਰਨ ਵਾਸਤੇ, ਕੁਛ ਤੂੰ ਵੀ ਤਾਂ ਕਰਨਾ, ਪਰ ਅਸੀਂ ਨਹੀਂ ਕਰਦੇ ਹਾਂ। ਮਹਾਰਾਜ ਕਹਿੰਦੇ ਨੇ ਸਤੀਆ ਮਨ ਸੰਤੋਖ ਉਪਜੇ, ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਥੋੜ੍ਹਾ ਜਿਹਾ ਦੇ ਕੇ ਫਿਰ ਕਿਤਨਾ ਮੰਗਦਾ, ਸਹਿਸਾ ਗੁਣਾ, ਹਜ਼ਾਰਾਂ ਗੁਣਾ ਵੱਧ ਮੰਗਦਾ ਵੇ। ਇਹ ਗੁਰੂ ਨੂੰ ਠੱਗਣਾ ਨਹੀਂ ਤਾਂ ਫਿਰ ਹੋਰ ਕੀ ਹੈ ਵੇ। ਕਈ ਵਾਰੀ ਦੇਖੋ ਨਾ, ਬੜੀਆਂ ਚਲਾਕੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ। ਵੀ ਜਿਵੇਂ ਬੀਬੀਆਂ ਨੂੰ ਮੈਂ ਦੇਖਿਆ ਗੁਰਦੁਆਰੇ ਦੇ ਅੰਦਰ ਜਦੋਂ ਵੜਨ ਲੱਗਦੀਆਂ ਨਾ, ਤਾਂ ਐਨ ਸਿਰ ਟੱਕ ਲੈਂਦੀਆਂ ਨੇ, ਮੱਥਾ ਟੇਕਿਆ, ਅਜੇ ਗੁਰਦੁਆਰੇ ਤੋਂ ਬਾਹਰ ਵੀ ਨਹੀਂ ਨਿਕਲਦੀਆਂ, ਚੁੰਨੀ ਵਗਾ ਕੇ ਉਹ ਮਾਰਦੀਆਂ ਨੇ ਪਰੇ ਚੱਲ ਗਈ। ਅਤੇ ਗੁਰੂ ਨੂੰ ਧੋਖਾ ਦੇਣਾ ਹੀ ਹੈ ਨਾ। ਜਦਕਿ ਮਹਾਰਾਜ ਨੇ ਬੜਾ ਸੁੰਦਰ ਸਰੂਪ ਸਾਨੂੰ ਬਖਸ਼ਿਸ਼ ਕੀਤਾ ਸੀ, ਪਰ ਨਹੀਂ ਹੈ, ਧੋਖਾ ਹੀ ਹੈ ਗੁਰੂ ਦੇ ਨਾਲ। ਕਈ ਸੱਜਣ ਬੈਠੇ ਹੁੰਦੇ ਨੇ ਬਿਲਕੁਲ ਐਂ ਸਮਾਧੀ ਲਾ ਕੇ, ਲੱਗਦਾ ਜਿਵੇਂ ਕੋਈ ਪੂਰਾ ਬ੍ਰਹਮ ਗਿਆਨੀ ਹੈ। ਥੋੜ੍ਹਾ ਜਿਹਾ ਉਸਨੂੰ ਛੇੜ ਕੇ ਦੇਖੋ ਤਾਂ ਫਿਰ ਪਤਾ ਲੱਗਦਾ ਵੀ ਕੀ ਹੈ, ਧੋਖਾ ਹੀ ਹੈ ਨਾ ਗੁਰੂ ਨਾਲ। ਜੋ ਕੁਛ ਅਸੀਂ ਅੰਦਰੋਂ ਹਾਂ ਉਹ ਅਸੀਂ ਬਾਹਰੋਂ ਨਹੀਂ ਹਾਂ, ਜੋ ਅਸੀਂ ਬਾਹਰੋਂ ਹਾਂ ਉਹ ਅਸੀਂ ਅੰਦਰੋਂ ਨਹੀਂ ਹਾਂ। ਇਸੇ ਨੂੰ ਹੀ ਮਹਾਰਾਜ ਨੇ ਆਖਿਆ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੇ ਉਤਰੇ ਨਾਹੀ ਮੈਲ। 68 ਤੀਰਥਾਂ ਦਾ ਇਸ਼ਨਾਨ ਕਰਦਾ ਪਰ ਅੰਦਰੋਂ ਤਾਂ ਮੈਲ ਨਾਲ ਭਰਿਆ ਹੋਇਆ ਵੇ, ਬਾਹਰੋਂ ਬੜਾ ਸੋਹਣਾ ਬਣਿਆ ਹੋਇਆ ਪਰ ਅੰਦਰ ਤਾਂ ਕੁਛ ਹੋਰ ਹੀ ਹੈ। ਬਾਹਰੋਂ ਤਾਂ ਗੁਰੂ ਨੂੰ ਮੱਥਾ ਟੇਕਦਾ, ਅੰਦਰੋਂ ਤਾਂ ਮਨ ਇਸ ਦਾ ਕਿਸੇ ਹੋਰ ਪਾਸੇ ਜਾਂਦਾ ਪਿਆ ਵੇ। ਇਸੇ ਨੂੰ ਮਹਾਰਾਜ ਕਹਿੰਦੇ ਨੇ, ਧਰਮ ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਾਗਾਤੀ ਲੂਟੇ। ਕਰਮ ਧਰਮ ਪਾਖੰਡ, ਪਾਖੰਡ ਦੋ ਹਿੱਸੇ, ਅਲੱਗ ਅਲੱਗ ਦੋ ਹਿੱਸੇ, ਅੰਦਰੋਂ ਕੁਛ ਹੋਰ ਕਰ ਰਹੇ ਹਾਂ ਅਤੇ ਬਾਹਰੋਂ ਕੁਛ ਹੋਰ ਕਰ ਰਹੇ ਹਾਂ। ਅੰਦਰ ਸਾਡਾ ਚੁੱਕਦਾ ਹੀ ਨਹੀਂ ਹੈ, ਬਾਹਰੋਂ ਸਰੀਰ ਨੂੰ ਚੁਕਾਈ ਜਾਂਦੇ ਹਾਂ। ਇਸ ਨੂੰ ਗੁਰਬਾਣੀ ਨੇ ਫਿਰ ਹੋਰ ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਅਸੀਂ 12 ਮਾਹ ਦੀ ਬਾਣੀ ਪੜ੍ਹਦੇ ਹਨ, 12 ਮਹੀਨਿਆਂ ਦੇ ਨਾਮ ਮਹਾਰਾਜਾ ਵਿਕਰਮਾਦਿੱਤ ਨੇ ਬੜੀ ਸੋਚ ਸਮਝ ਕੇ ਰੱਖੇ ਹਨ ਉੱਤੇ। ਉਹਦੇ ਵਿੱਚ ਜਿਹੜਾ ਭਾਦਰੋਂ ਦਾ ਮਹੀਨਾ ਹੈ ਨਾ, ਉਹਦੇ ਵਿੱਚ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ, ਨਾਮ ਰੱਖਿਆ ਭਾ ਦੋਏ, ਦੋ ਭਾ, ਦੋ ਅਵਸਥਾਵਾਂ ਅਲੱਗ ਅਲੱਗ। ਜੈਸੇ ਭਾ ਦੋਏ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ, ਭਾ ਦੋਏ ਭਾਦਰੋਂ ਦੇ ਮਹੀਨੇ ਵਿੱਚ ਕੀ ਹੁੰਦਾ, ਦੋ ਅਵਸਥਾਵਾਂ ਹੁੰਦੀਆਂ ਨੇ। ਬਰਸਾਤ ਪੈ ਗਈ ਠੰਡ ਹੋ ਜਾਂਦੀ ਹੈ, ਧੁੱਪ ਨਿਕਲ ਗਈ ਤਾਂ ਗਰਮੀ ਹੋ ਜਾਂਦੀ ਹੈ। ਕਿਸੇ ਵੇਲੇ ਠੰਡ, ਕਿਸੇ ਵੇਲੇ ਗਰਮੀ, ਕਿਸੇ ਵੇਲੇ ਠੰਡ, ਕਿਸੇ ਵੇਲੇ ਗਰਮੀ, ਇਹ ਦੋ ਮੌਸਮ ਇਕੱਠੇ ਚੱਲਦੇ ਰਹਿੰਦੇ ਨੇ। ਬੰਦੇ ਦੇ ਅੰਦਰ ਵੀ ਦੋ ਅਵਸਥਾਵਾਂ ਇਕੱਠੀਆਂ ਹੀ ਚੱਲਦੀਆਂ ਰਹਿੰਦੀਆਂ ਨੇ, ਬਾਹਰੋਂ ਕੁਛ ਹੋਰ ਬਣਿਆ ਹੁੰਦਾ, ਅੰਦਰੋਂ ਕੁਛ ਹੋਰ ਬਣਿਆ ਹੁੰਦਾ ਵੇ। ਬੈਠਾ ਹੁੰਦਾ ਸਤਸੰਗਤ ਦੇ ਵਿੱਚ, ਸਮਾਧੀ ਲਾ ਕੇ, ਲੱਗਦਾ ਬੜਾ ਗੁਰਮੁਖ ਬੰਦਾ ਵੇ, ਪਰ ਥੋੜ੍ਹਾ ਜਿਹਾ ਉਸਨੂੰ ਛੇੜ ਕੇ ਦੇਖੋ ਤਾਂ ਨਿਰੀ ਅੱਗ ਨਿਕਲਦੀ ਹੈ ਅੰਦਰੋਂ। ਜਿਵੇਂ ਪੈਟਰੋਲ ਹੁੰਦਾ ਨਾ, ਹੱਥ 'ਤੇ ਪਾ ਲਓ ਤਾਂ ਬਹੁਤ ਠੰਡਾ ਹੈ, ਅਤੇ ਥੋੜ੍ਹੀ ਜਿਹੀ ਚਿੰਗਾਰੀ ਲਾ ਦਿਓ ਤਾਂ ਭਾਂਬੜ ਬਾਲ ਕੇ ਰੱਖ ਦਿੰਦਾ ਵੇ। ਜਿਵੇਂ ਮਾਚਿਸ ਦੀਆਂ ਤੀਲੀਆਂ ਨੇ, ਦੇਖਣ ਨੂੰ ਬੜੀਆਂ ਖੂਬਸੂਰਤ ਨੇ ਪਰ ਥੋੜ੍ਹੀ ਜਿਹੀ ਰਗੜ ਮਾਰ ਕੇ ਦੇਖੋ ਤਾਂ ਅੰਦਰੋਂ ਚਿੰਗਾਰੀਆਂ ਨਿਕਲਦੀਆਂ ਨੇ। ਫਿਰ ਬੰਦੇ ਵੀ ਇਸ ਤਰ੍ਹਾਂ ਹੀ ਹੁੰਦੇ ਨੇ, ਪਾਠ ਕਰਦਾ ਪਿਆ ਬੜਾ ਠੰਡਾ, ਪਰ ਪਾਠ ਕਰਕੇ ਉੱਠਿਆ ਅਤੇ ਨਿਰਾ ਹੀ ਭਾਂਬੜ ਬਾਲ ਦਿੰਦਾ ਵੇ। ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾ। ਅੰਦਰ ਤੇਰੇ ਅੱਗ ਵੜੀ ਹੋਈ ਹੈ, ਬਾਹਰ ਤੂੰ ਸਵਾ ਮੱਲੀ ਹੋਈ ਹੈ। ਅੰਦਰੋਂ ਝੂਠੇ ਪੈਜ ਬਾਹਰ,
ਮੱਥਾ ਟੇਕਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਪਰ ਅੰਦਰੋਂ ਤਾਂ ਫਿਰ ਭਾਂਬੜੀ ਬਲਦੇ ਪਏ। ਮੱਥਾ ਟੇਕ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਪਰ ਅੰਦਰੋਂ ਤਾਂ ਸਾਡੇ ਜਵਾਬ ਹੀ ਨਿਕਲਦੇ ਨੇ। ਬਸ ਸਲਾਮ ਜਵਾਬ ਦੋਵੇਂ ਕਰੇ। ਨੂਰਪੁਰ ਦੇ ਵਿੱਚ ਇੱਕ ਸਾਧੂ ਸੀ, ਉਹਨੇ ਸਮਾਧੀ ਲਾਈ ਅਤੇ ਪੰਜ ਤੋਣੀਆਂ ਉਸਨੇ ਆਪਣੇ ਚਾਰੋਂ ਪਾਸੇ ਜਲਾ ਲਈਆਂ, ਵਿੱਚ ਉਹ ਸਮਾਧੀ ਲਾ ਕੇ ਬੈਠ ਗਿਆ। ਲੋਕਾਂ ਦੇ ਵਿੱਚ ਬੜਾ ਪ੍ਰਚਾਰ ਕੀਤਾ ਵੀ ਮੈਂ ਅੰਨ ਜਲ ਬਿਲਕੁਲ ਨਹੀਂ ਛਕਦਾ ਹਾਂ, ਖਾਣਾ ਪੀਣਾ ਸਭ ਬੰਦ, ਪਵਨ ਆਹਾਰੀ ਜਿਸ ਨੂੰ ਕਹਿੰਦੇ ਨੇ, ਨਾਮ ਦਾ ਆਧਾਰ ਹੈ। ਲੋਕ ਬੜੇ ਉਸਦੇ ਪਿੱਛੇ ਪੈ ਗਏ, ਕਿਉਂਕਿ ਥੋੜ੍ਹਾ ਜਿਹਾ ਪਖੰਡ ਕਰਨ ਦੀ ਦੇਰ ਹੈ, ਲੋਕ ਪਿੱਛੇ ਲੱਗ ਜਾਂਦੇ ਨੇ, ਪਖੰਡ ਤੋਂ ਲੋਕ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ। ਇਹ ਕਿਸੇ ਨੇ ਕੋਈ ਛੋਟੀ ਮੋਟੀ ਕਰਾਮਾਤ ਦਿਖਾ ਦਿੱਤੀ ਹੈ, ਪਿੱਛੇ ਹੀ ਉਸਦੇ ਪੀੜ ਚੱਲ ਪੈਂਦੀ ਹੈ, ਫਿਰ ਪਿੱਛੇ ਹੀ। ਉਸਨੇ ਪੰਜ ਤੋਣੀਆਂ ਤਪਾਈਆਂ ਅਤੇ ਲੋਕਾਂ ਵਿੱਚ ਪ੍ਰਚਾਰ ਕੀਤਾ ਵੀ ਨਾ ਮੈਂ ਰੋਟੀ ਖਾਂਦਾ ਅਤੇ ਨਾ ਮੈਂ ਪਾਣੀ ਪੀਂਦਾ ਹਾਂ। ਕਿਸੇ ਨੇ ਲਿਆ ਕੇ ਫਰੂਟ ਅੱਗੇ ਰੱਖਿਆ, ਉਹਨੇ ਚੁੱਕ ਕੇ ਪਰੇ ਮਾਰਿਆ, ਕਹਿੰਦਾ ਮੈਂ ਨਹੀਂ ਖਾਂਦਾ ਹਾਂ। ਕਿਸੇ ਨੇ ਲਿਆ ਕੇ ਕਾਜੂ ਬਦਾਮ ਰੱਖੇ, ਕਹਿੰਦਾ ਮੈਂ ਖਾਂਦਾ ਹੀ ਨਹੀਂ ਹਾਂ ਬਿਲਕੁਲ ਜੀ। ਇਸ ਤਰ੍ਹਾਂ ਦੇ ਕੁਛ ਸਾਡੇ ਪੰਥ ਵਿੱਚ ਵੀ ਮਿਲ ਜਾਂਦੇ ਨੇ, ਜੋ ਤਮਾਮ ਪਖੰਡ ਕਰਕੇ ਅੱਜ ਗੁਰੂ ਕੇ ਸਿੱਖਾਂ ਨੂੰ ਠੱਗਦੇ ਪਏ ਨੇ, ਠੱਗ ਰਹੇ ਨੇ ਬਹੁਤ ਪਖੰਡ ਕਰਕੇ। ਲੋਕ ਬੜੇ ਪ੍ਰਭਾਵਿਤ ਹੋਏ, ਬੜੀ ਭੀੜ ਜਾਣ ਲੱਗ ਪਈ। ਇੱਕ ਗੁਰੂ ਕਾ ਸਿੱਖ ਵੀ ਉੱਥੇ ਪਹੁੰਚ ਗਿਆ, ਇਹ ਸੁਣਿਆ ਬੜਾ ਕੋਈ ਸਾਧੂ ਆਇਆ ਹੈ, ਸਮਾਧੀ ਲਾ ਕੇ ਬੈਠਾ, ਖਾਂਦਾ ਨਹੀਂ ਹੈ, ਪੀਂਦਾ ਨਹੀਂ ਹੈ, ਉਹ ਸਿੱਖ ਵੀ ਪਹੁੰਚ ਗਿਆ ਉੱਥੇ। ਜਾ ਕੇ ਉਸ ਸਾਧੂ ਦੇ ਸਾਹਮਣੇ ਬੈਠ ਗਿਆ। ਅਤੇ ਜਿਹੜੇ ਗੁਰੂ ਕੇ ਸਿੱਖ ਹੁੰਦੇ ਨਾ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ, ਜਪਦਿਆਂ ਜਪਦਿਆਂ ਨਿਗਾਹ ਇਤਨੀ ਬਾਰੀਕ ਹੋ ਜਾਂਦੀ ਹੈ ਕਿ ਫਿਰ ਉਹਨਾਂ ਨੂੰ ਐਸੀ ਇੱਕ ਦਾਤ ਬਖਸ਼ਿਸ਼ ਆਉਂਦੀ ਹੈ, ਅੰਦਰ ਦੀ ਫੋਟੋ ਖਿੱਚ ਲੈਂਦੇ ਨੇ, ਅੰਦਰ ਦੀ ਫੋਟੋ ਖਿੱਚ ਲੈਂਦੇ, ਬਾਹਰ ਦੀ ਨਹੀਂ, ਅੰਦਰੋਂ ਖਿੱਚ ਲੈਂਦੇ ਨੇ ਵੀ ਅੰਦਰੋਂ ਕੀ ਹੈ। ਵਾਸਤਵ ਦੇ ਵਿੱਚ ਮਨੁੱਖ ਜੋ ਕੁਛ ਵੀ ਹੈ, ਉਸਦੇ ਜਿਹੜੇ ਵਿਚਾਰ ਅੰਦਰ ਚੱਲਦੇ ਪਏ ਨੇ, ਉਹੀ ਮਨੁੱਖ ਹੈ, ਬਾਹਰੋਂ ਨਹੀਂ ਹੈ। ਬਾਹਰੋਂ ਤਾਂ ਅਸੀਂ ਸਾਰੇ ਬੜੇ ਚੰਗੇ ਬਣੇ ਹੋਏ ਹਾਂ, ਲੇਕਿਨ ਜੋ ਕੁਛ ਸਾਡੇ ਮਨ ਦੇ ਵਿੱਚ ਹੈ ਨਾ, ਉਹ ਸਾਡੀ ਅਸਲ ਤਸਵੀਰ ਹੈ। ਔਰ ਸਾਇੰਸ ਕੋਲੋਂ ਐਸਾ ਕੋਈ ਕੈਮਰਾ ਨਹੀਂ ਬਣਿਆ ਜੋ ਅੰਦਰ ਦੀ ਤਸਵੀਰ ਖਿੱਚ ਸਕਦਾ ਹੋਵੇ, ਨਹੀਂ ਹੈ ਐਸਾ ਕੈਮਰਾ। ਬੜੇ ਬੜੇ ਡਿਜੀਟਲ ਕੈਮਰੇ ਆ ਗਏ ਨੇ, ਪਰ ਅੰਦਰੋਂ ਜੋ ਕੁਛ ਮਨੁੱਖ ਹੈ ਉਸਦੀ ਤਸਵੀਰ ਖਿੱਚ ਸਕੇ, ਸਾਇੰਸ ਕੋਲ ਐਸਾ ਕੋਈ ਕੈਮਰਾ ਨਹੀਂ ਹੈ। ਲੇਕਿਨ ਗੁਰੂ ਕੇ ਸਿੱਖਾਂ ਕੋਲ ਐਸਾ ਕੈਮਰਾ ਹੁੰਦਾ ਵੇ, ਜਿਹੜੇ ਪਹਿਚਾਣ ਲੈਂਦੇ ਨੇ ਵੀ ਅਸਲ ਹੈ ਕਿ ਨਕਲ ਹੈ। ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ, ਪਹਿਲਾਂ ਵਸਤ ਸਿਆਣ ਕੇ ਤਾਂ ਕੀਚੇ ਵਾਪਾਰ, ਪਹਿਲੇ ਉਸਦੀ ਪਹਿਚਾਣ ਕਰ ਲਵੋ। ਬੰਦੇ ਨੇ 10 ਰੁਪਏ ਦਾ ਮਟਕਾ ਲੈਣਾ ਹੋਵੇ ਨਾ, ਪਹਿਲੇ ਉਹਨੂੰ ਠੁਣਕਾ ਕੇ ਦੇਖਦਾ ਵੇ ਵੀ ਠੀਕ ਹੈ ਕਿ ਨਹੀਂ ਹੈ, ਫਿਰ ਲੈਂਦਾ ਹੈ। ਅਤੇ ਜੇ ਕਿਧਰੇ ਧਰਮ ਦੇ ਮਾਰਗ 'ਤੇ ਚੱਲਣਾ ਹੋਵੇ ਤਾਂ ਜ਼ਰਾ ਜਾਂ ਕਿਸੇ ਨੇ ਪਖੰਡ ਕੀਤਾ, ਉੱਥੇ ਹੀ ਮੱਥਾ ਟੇਕ ਦਿੰਦਾ ਵੇ, ਉਸੇ ਦਾ ਹੀ ਹੋ ਕੇ ਰਹਿ ਜਾਂਦਾ। ਇਸ ਗੁਰੂ ਕੇ ਸਿੱਖ ਨੇ ਉਸ ਸਾਧੂ ਦੀ ਅੰਦਰ ਦੀ ਤਸਵੀਰ ਖਿੱਚੀ ਅਤੇ ਉਸ ਸਾਧੂ ਨੂੰ ਕਹਿੰਦਾ ਵੀ ਮਿੱਤਰਾ, ਜੇ ਤੇਰੇ ਵਿੱਚ ਇੱਕ ਗਲਤੀ ਨਾ ਹੁੰਦੀ ਤਾਂ ਤੂੰ ਨਿਰਾ ਹੀ ਰੱਬ ਹੈ ਫਿਰ ਤੇ, ਪਰ ਇੱਕ ਗਲਤੀ ਤੇਰੇ ਵਿੱਚ ਹੈ ਅਜੇ। ਸਾਧੂ ਜੋ ਬੈਠਾ ਸੀ ਨਾ ਸਮਾਧੀ ਲਾ ਕੇ, ਮਨ ਵੀ ਸੋਚਦਾ ਵੀ ਇਹ ਕਿਹੜਾ ਮੂਰਖ ਆ ਗਿਆ ਜਿਹੜਾ ਕਹਿ ਰਿਹਾ ਕਿ ਇੱਕ ਗਲਤੀ ਹੈ ਤੇਰੇ ਵਿੱਚ, ਇਹ ਪਰਿਵਾਰ ਮੈਂ ਛੋੜ ਦਿੱਤਾ ਵੇ, ਸੰਸਾਰ ਮੈਂ ਛੋੜ ਦਿੱਤਾ, ਖਾਣਾ ਪੀਣਾ ਮੈਂ ਬੰਦ ਕਰ ਦਿੱਤਾ, ਫਿਰ ਇੱਕ ਗਲਤੀ ਕਿਹੜੀ ਰਹਿ ਗਈ ਹੈ। ਕਦੀ ਤੁਸੀਂ ਬਾਰੀਕੀ ਦੇ ਨਾਲ ਦੇਖੋਗੇ ਨਾ ਤਾਂ ਜਿਨ੍ਹਾਂ ਨੇ ਸੰਸਾਰ ਛੋੜ ਦਿੱਤਾ, ਜਿਹੜੇ ਕਹਿੰਦੇ ਨੇ ਅਸੀਂ ਤਿਆਗੀ ਹਾਂ, ਕਦੀ ਤੁਸੀਂ ਦੇਖੋ ਉਹਨਾਂ ਦੇ ਕਿਤਨੇ ਅੰਬਾਰ ਲੱਗੇ ਪਏ ਨੇ। ਗ੍ਰਸਤੀ ਬੰਦੇ ਦੀ ਤਾਂ ਇੱਕੋ ਹੀ ਘਰਵਾਲੀ ਆਉਂਦੀ ਹੈ,
ਜਿਹੜੇ ਤਿਆਗੀ ਬੰਦੇ ਨੇ ਉਹਨਾਂ ਦੇ 500-500 ਚੇਲੀਆਂ ਨੇ, 1000-1000 ਚੇਲੀਆਂ ਨੇ। ਜਿਹੜੇ ਗ੍ਰਸਤੀ ਬੰਦੇ ਨੇ ਉਹਦੇ ਕੋਲ ਤਾਂ ਖਾਣ ਵਾਸਤੇ ਰੋਟੀ ਵੀ ਨਹੀਂ ਹੈ, ਪਰ ਜਿਹੜੇ ਤਿਆਗੀ ਬਣੇ ਹੋਏ ਨੇ ਨਾ, ਕਰੋੜਾਂ ਅਰਬਾਂ ਰੁਪਇਆਂ ਦੇ ਨਾਲ ਉਹਨਾਂ ਦੇ ਬੈਂਕ ਬੈਲੈਂਸ ਭਰੇ ਹੋਏ ਨੇ। ਗ੍ਰਸਤੀ ਬੰਦੇ ਕੋਲ ਇੱਕ ਛੋਟਾ ਜਿਹਾ ਮਕਾਨ ਹੈ, ਜਿਹੜੇ ਤਿਆਗੀ ਬਣੇ ਹੋਏ ਨੇ ਉਹਨਾਂ ਕੋਲ ਹਜ਼ਾਰਾਂ ਬਿਘਾ ਜ਼ਮੀਨ ਹੈ, ਉਹ ਫਿਰ ਵੀ ਤਿਆਗੀ ਬਣੇ ਹੋਏ ਨੇ। ਕਹਿੰਦਾ ਮੈਂ ਸਭ ਕੁਛ ਦਾ ਤਿਆਗ ਕਰ ਦਿੱਤਾ, ਇੱਕ ਗਲਤੀ ਕਿਹੜੀ ਰਹਿ ਗਈ ਹੈ ਮੇਰੇ ਵਿੱਚ। ਸਿੱਖ ਨੇ ਦੂਸਰੀ ਵਾਰੀ ਆਖਿਆ, ਕਹਿੰਦਾ ਇੱਕ ਗਲਤੀ ਅਗਰ ਨਾ ਹੁੰਦੀ ਨਾ ਤਾਂ ਤੂੰ ਫਿਰ ਨਿਰਾ ਹੀ ਰੱਬ ਹੀ ਹੈ ਤੂੰ ਤਾਂ ਬਸ। ਜਦੋਂ ਦੂਸਰੀ ਵਾਰ ਗਿਆ ਨਾ ਤਾਂ ਇਸ ਨੂੰ ਥੋੜ੍ਹਾ ਜਿਹਾ ਕ੍ਰੋਧ ਚੜਿਆ। ਜਦ ਤੀਸਰੀ ਵਾਰ ਗਿਆ, ਜੇ ਇੱਕ ਗਲਤੀ ਨਾ ਹੁੰਦੀ, ਸਾਧੂ ਨੇ ਜਿਹੜੀ ਸਾਹਮਣੇ ਧੂਣੀ ਬਲਦੀ ਪਈ ਸੀ ਨਾ ਉਹਦੇ ਵਿੱਚੋਂ ਇੱਕ ਬਲਦੀ ਹੋਈ ਲੱਕੜ ਚੁੱਕ ਕੇ ਉਹ ਸਿੱਖ ਦੇ ਪਿੱਛੇ ਦੌੜਿਆ। ਕਹਿੰਦਾ ਇੱਕ ਗਲਤੀ ਕਿਹੜੀ ਹੈ ਮੇਰੇ ਵਿੱਚ, ਦੱਸ ਤੇ ਸਹੀ ਨਾ ਇੱਕ ਗਲਤੀ ਕਿਹੜੀ ਹੈ। ਸਿੱਖ ਨੇ ਆਖਿਆ, ਦੇਖ ਸਾਹਮਣੇ ਨਜ਼ਰ ਆਉਂਦੀ ਪਈ ਹੈ। ਕਹਿੰਦਾ ਕਿਹੜੀ ਗਲਤੀ ਹੈ? ਕਹਿੰਦਾ ਸਾਹਮਣੇ ਨਜ਼ਰ ਆ ਰਹੀ ਹੈ। ਉਹਨੇ ਹੱਥ ਜੋੜੇ, ਕਹਿੰਦਾ ਦੱਸ ਤੇ ਸਹੀ ਵੀ ਕਿਹੜੀ ਗਲਤੀ ਹੈ, ਇੱਕ ਗਲਤੀ ਕਿਹੜੀ ਗਲਤੀ ਹੈ? ਕਹਿੰਦਾ ਮੂਰਖਾ, 5 ਧੂਣੀਆਂ ਤਪਾ ਕੇ ਆਪਣੇ ਤਨ ਦਾ ਚਮੜਾ ਸਾੜ ਕੇ ਤੂੰ ਕਾਲਾ ਕਰ ਲਿਆ, ਪਰ ਜਿਹੜੀ ਅੰਦਰ ਤੇਰੇ ਅੱਗ ਬਲਦੀ ਪਈ ਹੈ, ਜਿਹੜੇ ਅੰਦਰ ਤੇਰੇ ਵਿਕਾਰ ਬਲਦੇ ਪਏ ਨੇ, ਉਹਨਾਂ ਵਿਕਾਰਾਂ ਨੂੰ ਤਾਂ ਤੂੰ ਸਾੜ ਹੀ ਨਹੀਂ ਸਕਿਆ ਹੈ। ਬਾਹਰੋਂ ਤੂੰ ਸਾਧੂ ਬਣਿਆ ਹੋਇਆ ਵੇ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਯਥਾ। ਅਸੀਂ ਅੰਦਰੋਂ ਕੁਛ ਹੋਰ ਬਣੇ ਹੋਏ ਹਾਂ ਅਤੇ ਬਾਹਰੋਂ ਕੁਛ ਹੋਰ ਬਣੇ ਹੋਏ ਹਾਂ। ਇਸ ਨੂੰ ਬਾਬਾ ਫਰੀਦ ਕਹਿੰਦੇ ਨੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆਂ, ਐਸੇ ਮਨੁੱਖ ਬਿਲਕੁਲ ਕੱਚੇ ਮਨੁੱਖ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਅਸੀਂ ਉਹਨਾਂ ਨੂੰ ਮਰਦ ਹੀ ਨਹੀਂ ਸਮਝਦੇ ਜਿਹੜਾ ਜ਼ੁਬਾਨ ਤੋਂ ਕੁਛ ਹੋਰ ਹੋਵੇ ਅਤੇ ਮਨ ਤੋਂ ਕੁਛ ਹੋਰ ਹੋਵੇ, ਉਸ ਨੂੰ ਮਰਦ ਹੀ ਨਹੀਂ ਸਮਝਦੇ ਹਾਂ ਅਸੀਂ। ਹਮੋ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਵੇਂ ਦਿਗਰ ਦਰ ਦਹਾਨੇ ਦਿਗਰ। ਸਤਿਗੁਰੂ ਕਹਿੰਦੇ ਨੇ, ਉਸਨੂੰ ਅਸੀਂ ਇਨਸਾਨ ਹੀ ਨਹੀਂ ਸਮਝਦੇ ਜਿਹੜਾ ਅੰਦਰੋਂ ਕੁਛ ਹੋਰ ਹੋਵੇ ਅਤੇ ਬਾਹਰੋਂ ਕੁਛ ਹੋਰ ਹੋਵੇ। ਪਰ ਅਸੀਂ ਮੱਥਾ ਟੇਕਦੇ ਪਏ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਅੰਦਰੋਂ ਅਸੀਂ ਕੁਛ ਹੋਰ ਬਣੇ ਹੋਏ ਹਾਂ, ਬਾਹਰੋਂ ਅਸੀਂ ਕੁਛ ਹੋਰ ਬਣੇ ਹੋਏ ਹਾਂ। ਅਤੇ ਜਦ ਅਸੀਂ ਇਸ ਤਰ੍ਹਾਂ ਮੱਥਾ ਟੇਕਦੇ ਹਾਂ ਨਾ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਨੂੰ ਪ੍ਰਵਾਨ ਨਹੀਂ ਕਰਦੇ ਹਨ। ਜਿਸ ਦੇ ਵਿੱਚ ਸਾਡਾ ਮਨ ਸ਼ਾਮਿਲ ਨਾ ਹੋਵੇ, ਜੇ ਕਿਧਰੇ ਮਨ ਸ਼ਾਮਿਲ ਹੋ ਜਾਏ ਸਿਦਕ ਦੇ ਨਾਲ, ਪੂਰੇ ਭਰੋਸੇ ਦੇ ਨਾਲ ਜੇ ਮੱਥਾ ਟੇਕੋਗੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਿਰ ਉਸਨੂੰ ਪ੍ਰਵਾਨ ਕਰ ਲੈਣਗੇ। ਸਿਦਕ ਕਰ ਸਜਦਾ ਮਨ ਕਰ ਮਕਸੂਦ, ਜਹ ਤਿਰ ਦੇਖਾਂ ਤੈਂ ਥਿਰ ਮੌਜੂਦ। ਪਰਮਾਤਮਾ ਸਾਹਮਣੇ ਬੈਠਾ ਹੋਵੇਗਾ। ਇੱਕ ਛੋਟਾ ਜਿਹਾ ਬੱਚਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੀਰਤਨ ਕਰ ਰਹੇ ਸਨ, ਇੱਕ ਖੇਤ ਦੀ ਰਖਵਾਲੀ ਕਰਦਾ ਪਿਆ। ਛੋਲਿਆਂ ਦਾ ਖੇਤ ਸੀ, ਰਖਵਾਲੀ 'ਤੇ ਬੈਠਾ, ਗਰੀਬ ਬਹੁਤ ਸੀ। ਇੱਕ ਇਸਦੀ ਮਾਂ ਹੈ, ਪਿਤਾ ਦਾ ਸਾਇਆ ਸਿਰ 'ਤੇ ਨਹੀਂ ਹੈ ਬਿਲਕੁਲ ਵੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਖੇਤ ਦੀ ਇਹ ਰਖਵਾਲੀ ਕਰਦਾ ਪਿਆ ਨਾ, ਉਸ ਤੋਂ ਥੋੜ੍ਹੀ ਦੂਰ ਇੱਕ ਦਰਖਤ ਦੇ ਥੱਲੇ ਆ ਕੇ ਬੈਠੇ ਨੇ। ਰਾਤ ਦਾ ਵਕਤ ਹੈ, ਕੀਰਤਨ ਕਰ ਰਹੇ ਨੇ ਮਹਾਰਾਜ। ਸ਼ਬਦ ਦੀ ਧੁਨ ਇਸ ਦੇ ਕੰਨਾਂ ਵਿੱਚ ਪਈ। ਜਿਉਂ ਹੀ ਇਸ ਦੇ ਕੰਨਾਂ ਦੇ ਵਿੱਚ ਸ਼ਬਦ ਦੀ ਆਵਾਜ਼ ਪਈ ਹੈ, ਇਹਨੂੰ ਇੱਕ ਖਿੱਚ ਪੈ ਗਈ ਵੀ ਚਲੋ ਚੱਲ ਕੇ ਦੇਖਾਂ ਇਹ ਕੌਣ ਬੋਲਦਾ ਪਿਆ ਵੇ। ਦੂਰੋਂ ਦੇਖਿਆ ਵੀ ਕੋਈ ਸੰਤ ਮਹਾਂਪੁਰਸ਼ ਲੱਗਦੇ ਨੇ। ਥੋੜ੍ਹੇ ਜਿਹੇ ਛੋਲੇ ਤੋੜ ਕੇ ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰੱਖ ਕੇ ਇਸਨੇ ਐਸੇ ਸਿਦਕ ਦੇ ਨਾਲ ਮੱਥਾ ਟੇਕਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਈ ਤੂੰ ਆਇਆ ਤਾਂ ਹੈ ਨਾ ਇੱਥੇ, ਪਰ ਆਓ ਬੈਠ ਸੁਲਤਾਨ, ਨਾਨਕ ਸਿਫਤੀ ਰਤਿਆ ਆਓ ਬੈਠ ਸੁਲਤਾਨ। ਮਹਾਰਾਜ ਨੇ ਉਸਨੂੰ ਸੁਲਤਾਨ ਕਹਿ ਕੇ ਬੁਲਾਇਆ। ਬੱਚਾ ਵਿਚਾਰਾ ਰੋਣ ਲੱਗ ਪਿਆ, ਕਹਿੰਦਾ ਮਹਾਰਾਜ ਤੁਸੀਂ ਸੁਲਤਾਨ ਪਏ ਆਖਦੇ ਹੋ,
ਮੇਰੇ ਕੋਲ ਤਾਂ ਖਾਣ ਵਾਸਤੇ ਦੋ ਵਕਤ ਦੀ ਰੋਟੀ ਵੀ ਨਹੀਂ ਹੈ, ਨਾ ਸਿਰ 'ਤੇ ਕੋਈ ਛੱਤ ਹੈ ਚੰਗੀ। ਇੱਕ ਬੁੱਢੜੀ ਮਾਂ ਹੈ, ਇਹ ਦੇਖੋ ਛੋਲਿਆਂ ਦੇ ਖੇਤ ਦੀ ਰਖਵਾਲੀ ਕਰਨਾ ਵਾ, ਜਿਤਨੇ ਛੋਲੇ ਮੈਨੂੰ ਮਿਲਦੇ ਨਾ ਮਜ਼ਦੂਰੀ ਵਜੋਂ, ਅੱਧੇ ਮੈਂ ਤੁਹਾਡੇ ਚਰਨਾਂ ਵਿੱਚ ਭੇਟ ਕਰ ਦਿੱਤੇ ਨੇ, ਅੱਧੇ ਮੈਂ ਆਪਣੇ ਘਰ ਲੈ ਜਾਣੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਕਿਹਾ ਨਾ ਵੀ ਆਓ ਬੈਠ ਸੁਲਤਾਨ, ਰੋਣ ਲੱਗ ਪਿਆ। ਕਹਿੰਦਾ ਮਹਾਰਾਜ ਮੈਂ ਸੁਲਤਾਨ ਨਹੀਂ ਹਾਂ, ਮੈਂ ਤਾਂ ਸੁਲਤਾਨ ਦਾ ਨੌਕਰ ਬਣਨ ਦੇ ਲਾਇਕ ਵੀ ਨਹੀਂ ਹਾਂ। ਮਰਦਾਨਾ ਕਹਿੰਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤੇਰੇ ਸੀਸ ਦੇ ਉੱਤੇ ਹੱਥ ਰੱਖ ਦਿੱਤਾ, ਜੇ ਮਹਾਰਾਜ ਦੇ ਮੁੱਖ ਤੋਂ ਨਿਕਲ ਗਿਆ ਕਿ ਤੂੰ ਸੁਲਤਾਨ ਹੈ ਤਾਂ ਫਿਰ ਤੂੰ ਸੁਲਤਾਨ ਹੀ ਬਣੇਗਾ ਫਿਰ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤੇਰੇ ਸਿਰ ਦੇ ਉੱਤੇ ਆਪਣਾ ਹੱਥ ਰੱਖ ਦਿੱਤਾ ਵੇ। ਜਿਸ ਵੇਲੇ ਬੱਚਾ ਸਾਰੀ ਰਾਤ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਸਤ ਸੰਗਤ ਕਰਦਾ ਰਿਹਾ, ਅੰਮ੍ਰਿਤ ਵੇਲੇ ਜਦੋਂ ਇਹ ਆਪਣੇ ਨਗਰ ਵਿੱਚ ਗਿਆ, ਉਸ ਨਗਰ ਦਾ ਬਾਦਸ਼ਾਹ ਜੋ ਹੈ ਉਹ ਰਾਤ ਨੂੰ ਅਕਾਲ ਚਲਾਣਾ ਕਰ ਗਿਆ। ਔਲਾਦ ਨਹੀਂ ਸੀ ਉਸਦੀ, ਲਿਖ ਕੇ ਦੇ ਗਿਆ ਜਿਹੜਾ ਸਵੇਰੇ ਪਹਿਲੇ ਦਰਵਾਜ਼ੇ 'ਤੇ ਆਵੇ, ਕਿਲ੍ਹੇ ਦੇ ਦਰਵਾਜ਼ੇ 'ਤੇ ਜਿਹੜਾ ਸਭ ਤੋਂ ਪਹਿਲੇ ਆਵੇ ਉਸਨੂੰ ਬਾਦਸ਼ਾਹ ਬਣਾ ਦਿਓ ਤੁਸੀਂ। ਜਿਉਂ ਇਹ ਬੱਚਾ ਆਇਆ ਤਾਂ ਸਿਪਾਹੀ ਪਕੜ ਕੇ ਲੈ ਗਏ ਇਸਨੂੰ ਔਰ ਬਾਦਸ਼ਾਹ ਬਣਾ ਦਿੱਤਾ। ਜਿਸ ਦੇ ਸਿਰ ਦੇ ਉੱਤੇ ਪਰਮਾਤਮਾ ਹੱਥ ਰੱਖ ਦੇਵੇ, ਜਿਸ ਦੇ ਸਿਰ ਦੇ ਉੱਤੇ ਗੁਰੂ ਹੱਥ ਰੱਖ ਦਿੰਦਾ, ਯਕੀਨ ਜਾਣੋ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਪਰ ਅੰਦਰੋਂ ਸਾਡਾ ਮਨ ਉਸ ਦੇ ਵਿੱਚ ਸ਼ਾਮਿਲ ਹੋਵੇ ਐਵੇਂ ਨਹੀਂ ਹੈ। ਅੰਦਰੋਂ ਸਾਡੇ ਮਨ ਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ, ਗੁਰੂ ਦੇ ਪ੍ਰਤੀ ਪ੍ਰੇਮ ਹੋਵੇ। ਪ੍ਰੇਮ ਨਾਲ ਜਦੋਂ ਅਸੀਂ ਮੱਥਾ ਟੇਕਾਂਗੇ ਤਾਂ ਫਿਰ ਮਹਾਰਾਜ ਸਾਡੇ ਸਿਰ ਦੇ ਉੱਤੇ ਹੱਥ ਰੱਖ ਦੇਣਗੇ ਜ਼ਰੂਰ। ਐਸੇ ਨਹੀਂ ਰੱਖਦੇ ਹਨ ਬਈ ਮੱਥਾ ਟੇਕਦੇ ਹੋਈਏ ਅਤੇ ਅੰਦਰੋਂ ਸਾਡਾ ਮਨ ਕਿਤੇ ਹੋਰ ਪਾਸੇ ਜਾਂਦਾ ਹੋਵੇ। ਗੁਰਦੁਆਰੇ ਆ ਜਾਂਦੇ ਹਾਂ, ਪ੍ਰੇਮ ਅੰਦਰ ਹੁੰਦਾ ਹੀ ਨਹੀਂ ਹੈ ਸਾਡੇ। ਅਤੇ ਜਿੱਥੇ ਪ੍ਰੇਮ ਨਾ ਹੋਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਪ੍ਰਾਪਤੀ ਕਦੀ ਨਹੀਂ ਕਰ ਸਕੇਗਾ। ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤ ਸੰਗਤ ਦੇ ਨਾਲ ਸਿੱਖ ਦਾ ਕਿਤਨਾ ਪ੍ਰੇਮ ਹੋਣਾ ਚਾਹੀਦਾ ਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬੜੇ ਸੋਹਣੇ ਪ੍ਰਮਾਣ ਦਿੱਤੇ ਹਨ। ਗੁਰਬਾਣੀ ਵਿੱਚ ਹੀ ਬਹੁਤ ਸਾਰੇ ਪ੍ਰਮਾਣ ਨੇ। ਪ੍ਰਭ ਕੀ ਪ੍ਰੀਤ ਸਦਾ ਸੁੱਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਏ। ਪ੍ਰੀਤ ਹੋਵੇ ਨਾ ਅੰਦਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਕਹਿੰਦੇ ਨੇ ਰੇ ਮਨ ਰਾਮ ਸਿਉ ਕਰ ਪ੍ਰੀਤ, ਸ੍ਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਕੰਨਾਂ ਦੇ ਨਾਲ ਉਸ ਦੇ ਗੀਤ ਸੁਣ, ਜ਼ੁਬਾਨ ਦੇ ਨਾਲ ਉਚਾਰਨ ਕਰ, ਕਿੱਥੇ ਕਰੀਏ। ਮਹਾਰਾਜ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਸਤ ਸੰਗਤ ਵਿੱਚ ਆ, ਇੱਥੇ ਆ ਕੇ ਉਸ ਪਰਮਾਤਮਾ ਦੇ ਗੀਤ ਸੁਣ ਅਤੇ ਜ਼ੁਬਾਨ ਤੋਂ ਉਸਨੂੰ ਗਾਇਨ ਕਰ। ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗਾਵੀਏ ਸੁਣੀਏ ਮਨ ਰੱਖੀਏ ਭਾਓ। ਗਾਇਨ ਕਰਨਾ ਅਤੇ ਸੁਣਨਾ ਹੈ ਅਤੇ ਪ੍ਰੇਮ ਪੈਦਾ ਕਰਨਾ। ਪ੍ਰੇਮ ਅੰਦਰ ਹੁੰਦਾ ਹੀ ਨਹੀਂ ਹੈ, ਗਾਈ ਵੀ ਜਾਂਦੇ ਹਾਂ ਅਤੇ ਸੁਣੀ ਵੀ ਜਾਂਦੇ ਹਾਂ। ਬਿਨਾਂ ਪ੍ਰੇਮ ਤੋਂ ਖੇਡ ਨਹੀਂ ਬਣ ਸਕਦੀ ਹੈ। ਭਾਈ ਸਾਹਿਬ ਕਹਿੰਦੇ ਨੇ ਸਿੱਖ ਦਾ ਗੁਰੂ ਦੀ ਸੰਗਤ ਦੇ ਨਾਲ ਕਿਤਨਾ ਪ੍ਰੇਮ ਹੋਣਾ ਚਾਹੀਦਾ ਵੇ। ਹੁਣ ਇੱਕ ਇੱਕ ਪੰਕਤੀ ਦੇ ਵਿੱਚ ਪ੍ਰਮਾਣ ਦਿੱਤੇ ਨੇ। ਮੈਂ ਕੋਸ਼ਿਸ਼ ਕਰਨੀ ਹੈ ਕਿ ਅੱਧੀ ਅੱਧੀ ਪੰਕਤੀ ਤੁਹਾਨੂੰ ਸਰਵਣ ਕਰਾਵਾਂ ਅਤੇ ਉਸਦੇ ਅਰਥ ਵੀ ਸਰਵਣ ਕਰਾਵਾਂ। ਭਾਈ ਸਾਹਿਬ ਕਹਿੰਦੇ ਨੇ ਮਾਰਬੇ ਕੋ ਤਰਾਸ ਦੇਖ, ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਇੱਕ ਪੰਕਤੀ ਹੈ। ਭਾਈ ਸਾਹਿਬ ਕਹਿੰਦੇ ਨੇ ਮਾਰਬੇ ਕੋ ਤਰਾਸ ਦੇਖ, ਚੋਰ ਨਾ ਤਜਤ ਚੋਰੀ। ਮਾਰ ਦਾ ਡਰ ਦੇਖ ਕੇ ਚੋਰ ਚੋਰੀ ਕਰਨੀ ਬੰਦ ਨਹੀਂ ਕਰਦਾ ਹੈ।
ਭਾਵੇਂ ਚੋਰ ਨੂੰ ਜਿਤਨੀ ਮਰਜ਼ੀ ਇਹ ਮਾਰ ਪਵੇ, ਪਰ ਚੋਰ ਕਦੀ ਚੋਰੀ ਕਰਨੀ ਬੰਦ ਨਹੀਂ ਕਰਦਾ ਹੈ। ਜੇ ਕਿਧਰੇ ਮਾਰ ਦੇ ਡਰ ਨਾਲ ਚੋਰ ਚੋਰੀਆਂ ਕਰਨੀਆਂ ਬੰਦ ਕਰ ਦਿੰਦੇ ਤਾਂ ਅੱਜ ਸੰਸਾਰ ਦੇ ਵਿੱਚੋਂ ਚੋਰੀ ਬਿਲਕੁਲ ਖਤਮ ਹੋ ਜਾਣੀ ਸੀ। ਜੇ ਮਾਰ ਦੇ ਡਰ ਨਾਲ ਚੋਰ ਚੋਰੀ ਕਰਨੀ ਬੰਦ ਕਰ ਦਿੰਦਾ, ਪਰ ਅੱਜ ਤੇ ਤੁਸੀਂ ਦੇਖੋ ਜੇਲ੍ਹਾਂ ਦੇ ਵਿੱਚ ਜਗ੍ਹਾ ਹੀ ਨਹੀਂ ਚੋਰ ਰੱਖਣ ਵਾਸਤੇ। ਨਿੱਤ ਨਵੀਆਂ ਜੇਲ੍ਹਾਂ ਬਣਦੀਆਂ ਪਈਆਂ ਨੇ, ਹੋਰ ਵੱਡੀਆਂ ਕਰੋ, ਹੋਰ ਵੱਡੀਆਂ ਕਰੋ, ਕਿਉਂਕਿ ਮਾਰ ਦੇ ਡਰ ਨਾਲ ਚੋਰ ਚੋਰੀ ਕਰਨਾ ਬੰਦ ਨਹੀਂ ਕਰਦਾ ਹੈ। ਜਿਤਨੀ ਮਰਜ਼ੀ ਉਸ ਨੂੰ ਮਾਰ ਪਵੇ, 4 ਮਹੀਨੇ ਜੇਲ੍ਹ ਵਿੱਚ ਕੱਟਦਾ, ਜਿਸ ਦਿਨ ਬਾਹਰ ਆਉਂਦਾ ਫਿਰ ਚੋਰੀ ਕਰਨ ਲੱਗ ਪੈਂਦਾ ਵੇ। ਭਾਈ ਸਾਹਿਬ ਕਹਿੰਦੇ ਨੇ ਇਹ ਜਿਹੜਾ ਚੋਰ ਹੈ ਨਾ, ਜਿਸ ਨੂੰ ਇਤਨੀ ਮਾਰ ਪੈਂਦੀ ਪਈ ਹੈ, ਚੋਰੀ ਕਰਨਾ ਬੰਦ ਕਿਉਂ ਨਹੀਂ ਕਰਦਾ ਹੈ? ਇਸ ਕਵਿਤ ਦੇ ਵਿੱਚ ਭਾਈ ਸਾਹਿਬ ਨੇ 2 ਖਿਆਲ ਦਿੱਤੇ ਨੇ। ਇੱਕ ਤਾਂ ਸੰਗਤ ਦਾ ਅਸਰ ਕਿਤਨਾ ਹੁੰਦਾ ਵੇ, ਦੂਸਰਾ ਸੰਗਤ ਦੇ ਨਾਲ ਇਨਸਾਨ ਦਾ ਪ੍ਰੇਮ ਕਿਤਨਾ ਹੁੰਦਾ ਵੇ। 2 ਚੀਜ਼ਾਂ ਨੇ, ਇੱਕ ਸੰਗਤ ਦਾ ਅਸਰ ਅਤੇ ਦੂਸਰਾ ਸੰਗਤ ਦੇ ਨਾਲ ਪ੍ਰੇਮ। ਭਾਈ ਸਾਹਿਬ ਕਹਿੰਦੇ ਨੇ ਇਹ ਜਿਹੜਾ ਚੋਰ ਜਿਸ ਨੂੰ ਮਾਰ ਪੈਂਦੀ ਪਈ ਹੈ, ਜੇਲ੍ਹ ਵਿੱਚੋਂ ਬਾਹਰ ਨਿਕਲਦੇ ਫਿਰ ਚੋਰੀ ਕਰਨ ਲੱਗ ਪੈਂਦਾ, ਇਸ ਦਾ ਮੂਲ ਕਾਰਨ ਕੀ ਹੈ? ਕਿਉਂ ਨਹੀਂ ਬੰਦ ਕਰਦਾ ਉਹ? ਜਿਉਂ ਇਹ ਚੋਰ ਬਾਹਰ ਨਿਕਲਦਾ ਵੇ ਤਾਂ ਫਿਰ ਆਪਣੀ ਚੋਰਾਂ ਦੀ ਸੰਗਤ ਦੇ ਵਿੱਚ ਚਲਾ ਜਾਂਦਾ ਹੈ, ਅਤੇ ਚੋਰਾਂ ਦੀ ਸੰਗਤ ਦੇ ਵਿੱਚ ਇਸਦਾ ਉੱਠਣਾ ਬੈਠਣਾ, ਖਾਣ ਪੀਣ, ਲੈਣ ਦੇਣ, ਸਾਰੀ ਸੰਗਤ ਇਸਦੀ ਚੋਰਾਂ ਦੀ, ਅਤੇ ਚੋਰਾਂ ਦੀ ਸੰਗਤ ਨੇ ਐਸਾ ਅਸਰ ਪਾਇਆ ਜਿਤਨੀ ਮਰਜ਼ੀ ਇਸ ਨੂੰ ਮਾਰ ਪਵੇ ਪਰ ਚੋਰ ਚੋਰੀ ਕਰਨੀ ਬੰਦ ਨਹੀਂ ਕਰਦਾ ਹੈ ਬਿਲਕੁਲ ਵੀ। ਸੰਗਤ ਦਾ ਅਸਰ ਹੈ ਇਹ। ਅਗਲੀ ਪੰਕਤੀ 'ਚ ਕਹਿੰਦੇ ਨੇ ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਬਟਵਾਰਾ ਕਹਿੰਦੇ ਨੇ ਡਾਕੂ ਨੂੰ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਸ਼ਬਦ ਮੌਜੂਦ ਹੈ, ਬਾਟ ਪਾਰ ਕਰ ਮੂਸ ਬਿਲਾਨੋ। ਬਾਟ ਪਾਰ, ਬਾਟ ਮੰਨਿਆ ਰਸਤਾ, ਪਾਰ ਮੰਨਿਆ ਰਾਹੀਆਂ ਨੂੰ ਲੁੱਟ ਲੈਣਾ, ਉਸਨੂੰ ਕਹਿੰਦੇ ਨੇ ਡਾਕੂ। ਡਾਕੂਆਂ ਦੇ ਸਿਰ 'ਤੇ ਅਗਰ ਮੌਤ ਦੀ ਸਜ਼ਾ ਲਾ ਦਿੱਤੀ ਜਾਵੇ, ਬਈ ਜਿੱਥੇ ਵੀ ਮਿਲੇ ਨਾ ਇਸ ਨੂੰ ਗੋਲੀ ਮਾਰ ਦਿਓ, ਭਾਈ ਸਾਹਿਬ ਕਹਿੰਦੇ ਨੇ ਇਤਨੀ ਸਜ਼ਾ ਹੋਣ ਤੋਂ ਬਾਅਦ ਵੀ ਡਾਕੂ ਡਾਕੇ ਮਾਰਨੇ ਬੰਦ ਨਹੀਂ ਕਰਦਾ ਹੈ। ਕਿਉਂ ਨਹੀਂ ਕਰਦਾ? ਕਿਉਂਕਿ ਉਸਦੀ ਸੰਗਤ ਜਿਹੜੀ ਹੈ ਨਾ, ਉਹ ਡਾਕੂਆਂ ਦੇ ਨਾਲ ਹੈ। ਡਾਕੂਆਂ ਦੇ ਵਿੱਚ ਉੱਠਣਾ ਬੈਠਣਾ, ਡਾਕੂਆਂ ਦੇ ਵਿੱਚ ਖਾਣ ਪਾਣ, ਡਾਕੂਆਂ ਦੇ ਨਾਲ ਲੈਣ ਦੇਣ, ਭਾਈ ਸਾਹਿਬ ਕਹਿੰਦੇ ਨੇ ਇਸ ਨੂੰ ਡਾਕੂਆਂ ਦੀ ਸੰਗਤ ਨੇ ਐਸਾ ਅਸਰ ਪਾਇਆ ਹੈ, ਭਾਵੇਂ ਸਿਰ 'ਤੇ ਮੌਤ ਦੀ ਸਜ਼ਾ ਹੈ ਪਰ ਫਿਰ ਵੀ ਡਾਕੇ ਮਾਰਨੇ ਬੰਦ ਨਹੀਂ ਕਰਦਾ ਹੈ, ਫਿਰ ਵੀ ਨਹੀਂ ਕਰਦਾ। ਅਗਲੀ ਪੰਕਤੀ ਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਬੇਸਵਾ ਰਤ ਬਿਰਥਾ ਭਏ, ਮਨ ਮੇ ਨਾ ਸ਼ੰਕਾ ਮਾਨੇ, ਜੁਆਰੀ ਨਾ ਸਰਬ ਸਹਾਰੇ ਸੇ ਤਕਤ ਹੈ। ਬੇਸਵਾ ਕਹਿੰਦੇ ਨੇ ਬਾਜ਼ਾਰੂ ਔਰਤ ਨੂੰ, ਚੰਦ ਪੈਸਿਆਂ ਦੀ ਖਾਤਰ ਜੋ ਆਪਣਾ ਸਰੀਰ ਵੇਚ ਦਿੰਦੀ ਹੈ, ਉਸ ਨੂੰ ਕਹਿੰਦੇ ਨੇ ਬੇਸਵਾ। ਬੇਸਵਾ ਰਤ, ਰਤ ਮਨੇ ਹੈ ਪ੍ਰੇਮ, ਬਿਰਥਾ, ਬਿਰਥਾ ਮਨੇ ਹੈ ਬਿਮਾਰੀਆਂ। ਕਿਸੇ ਇਨਸਾਨ ਦਾ ਬੇਸਵਾ ਦੇ ਨਾਲ ਪ੍ਰੇਮ ਪੈ ਜਾਏ ਔਰ ਉਸ ਦੇ ਕੋਲ ਆਉਂਦਿਆਂ ਜਾਂਦਿਆਂ ਕਈ ਤਰ੍ਹਾਂ ਦੀਆਂ ਇਸ ਨੂੰ ਬਿਮਾਰੀਆਂ ਲੱਗ ਜਾਣ, ਭਾਈ ਸਾਹਿਬ ਕਹਿੰਦੇ ਨੇ ਭਾਵੇਂ ਤੜਪ ਤੜਪ ਕੇ ਮਰ ਜਾਏਗਾ ਪਰ ਉਸ ਬੇਸਵਾ ਦਾ ਸੰਗ ਨਹੀਂ ਛੋੜੇਗਾ ਏ। ਔਰ ਇਸ ਤਰ੍ਹਾਂ ਦੇ ਮੈਂ ਕਈ ਦੇਖੇ ਨੇ। ਇੱਕ ਸਾਡੇ ਪੜੋਸ ਦੇ ਵਿੱਚ ਕੋਈ 6 ਫੁੱਟ ਦਾ ਨੌਜਵਾਨ ਸੀ, ਬੜਾ ਸਰੀਰ ਦਾ ਤਕੜਾ, ਗਲਤ ਸੰਗਤ ਵਿੱਚ ਪੈ ਗਿਆ, ਕਿਸ ਬੇਸਵਾ ਦੀ ਸੰਗਤ ਵਿੱਚ, ਐਸੀ ਉਸਨੂੰ ਬਿਮਾਰੀ ਲੱਗ ਗਈ ਹੈ। ਅੱਜ ਸਾਰਾ ਸੰਸਾਰ ਉਸਦਾ ਪ੍ਰਚਾਰ ਕਰਦਾ ਪਿਆ ਹੈ। ਪਰ ਦੇਖੋ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ 550 ਸਾਲ ਪਹਿਲੇ ਆਪਣੇ ਸਿੱਖ ਨੂੰ ਸੁਚੇਤ ਕਰ ਦਿੱਤਾ, ਤੂੰ ਆਪਣੇ ਜੀਵਨ ਨੂੰ ਕਦੀ ਕਲੰਕਿਤ ਨਹੀਂ ਕਰਨਾ ਹੈ, ਕਦੀ ਵੀ ਨਹੀਂ। ਪਰਤਰੀਏ ਰੂਪ ਨਾ ਪੇਖੇ ਨੇਤਰ, ਆਪਾਂ ਰਹਿਤ ਮਰਿਆਦਾ ਪੜ੍ਹੋ ਤੁਸੀਂ,
ਸਤਿਗੁਰੂ ਕਹਿੰਦੇ ਨੇ ਏਕਾ ਨਾਰੀ ਜਤੀ ਹੈ ਪਰ ਨਾਰੀ ਧੀ ਭੈਣ ਵਖਾਣੇ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਮਹਾਰਾਜ ਨੇ ਤਾਂ ਸਾਨੂੰ 550 ਸਾਲ ਪਹਿਲੇ ਸੁਚੇਤ ਕਰ ਦਿੱਤਾ ਹੈ। ਇਹ ਦੁਨੀਆ 'ਤੇ ਅੱਜ ਸੁਚੇਤ ਹੋ ਰਹੀ ਹੈ, ਅੱਜ ਪ੍ਰਚਾਰ ਕਰ ਰਹੇ ਨੇ ਬਈ ਹਰ ਇਨਸਾਨ ਆਪਣੀ ਗ੍ਰਸਤ ਜੀਵਨ ਨੂੰ ਪਵਿੱਤਰ ਰੱਖੇ, ਨਹੀਂ ਤਾਂ ਫਿਰ ਇੱਕ ਐਸੀ ਬਿਮਾਰੀ ਲੱਗ ਜਾਂਦੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ। ਫਿਰ ਉਸ ਸੱਜਣ ਨੂੰ ਮੈਂ ਦੇਖਿਆ, 8 ਦਿਨ ਪਹਿਲੇ ਤਾਂ ਬਿਲਕੁਲ ਠੀਕ ਸੀ, ਇੱਕਦਮ ਸਰੀਰ ਦੇ ਵਿੱਚ ਉਹ ਰੋਗ ਫੁੱਟਿਆ, ਤੜਫ ਤੜਫ ਕੇ ਹੌਸਪੀਟਲ ਦੇ ਵਿੱਚ ਅਸੀਂ ਦੇਖਣ ਗਏ ਸਾਂ ਇਸ ਨੂੰ। ਤੜਪਦਿਆਂ ਹੋਇਆ ਡਾਕਟਰ ਨੂੰ ਹੱਥ ਜੋੜ ਕੇ ਕਹਿੰਦਾ ਸੀ ਕੋਈ ਐਸਾ ਇੰਜੈਕਸ਼ਨ ਲਾ ਦਿਓ ਹੁਣੇ ਮੌਤ ਹੋ ਜਾਵੇ ਮੇਰੀ, ਹੁਣੇ ਮੌਤ ਹੋ ਜਾਵੇ। ਡਾਕਟਰ ਕਹਿਣ ਸਾਡੇ ਕੋਲ ਇਤਨੀ ਅਥਾਰਟੀ ਨਹੀਂ ਹੈ, ਕੋਈ ਐਸਾ ਕਾਨੂੰਨ ਨਹੀਂ ਹੈ। ਤੜਪਦਿਆਂ ਹੋਇਆ ਉਸਨੇ ਆਪਣੇ ਪ੍ਰਾਣ ਤਿਆਗ ਦਿੱਤੇ ਅਤੇ ਇੱਕ ਸੱਜਣ ਨੇ ਦੱਸਿਆ ਵੀ ਅਸੀਂ ਇਸ ਨੂੰ ਬਹੁਤ ਵਾਰੀ ਸੁਚੇਤ ਕੀਤਾ ਸੀ, ਤੂੰ ਇਹ ਸੰਗਤ ਛੋੜ ਦੇ ਛੋੜ ਦੇ, ਨਹੀਂ ਛੋੜੀ ਇਸਨੇ, ਇਹ ਲਗਾਤਾਰ ਜਾਂਦਾ ਰਿਹਾ, ਅੱਜ ਇਸ ਮੁਕਾਮ 'ਤੇ ਪਹੁੰਚ ਗਿਆ ਕਿ ਇਸ ਦੀ ਮੌਤ ਹੋ ਗਈ ਹੈ। ਕਿਉਂਕਿ ਜਿਹੜੇ ਕਾਮੀ ਪੁਰਸ਼ ਨੇ ਨਾ, ਇਹ ਆਪਣੀ ਸੰਗਤ ਦਾ ਤਿਆਗ ਨਹੀਂ ਕਰਦੇ ਹਨ, ਅਤੇ ਸੰਗਤ ਨੇ ਐਸਾ ਅਸਰ ਪਾਇਆ ਉੱਤੇ, ਭਾਵੇਂ ਤੜਪਦਿਆਂ ਹੋਇਆਂ ਆਪਣੇ ਪ੍ਰਾਣ ਤਿਆਗ ਦਿੱਤੇ ਨੇ, ਪਰ ਬੇਸਵਾ ਦਾ ਸੰਗ ਨਹੀਂ ਛੋੜਿਆ ਉਸਨੇ। ਭਾਈ ਸਾਹਿਬ ਕਹਿੰਦੇ ਨੇ ਨਹੀਂ ਛੋੜ ਸਕਦਾ ਹੈ, ਬੇਸਵਾ ਰਤ ਬਿਰਥਾ ਭਏ ਮਨ ਮੇ ਨਾ ਸ਼ੰਕਾ ਮਾਨੇ ਜੁਆਰੀ ਨਾ ਸਰਬਸ ਹਾਰੇ ਸੇ ਤਖਤ ਹੈ। ਇੱਕ ਜੁਆਰੀ ਮਨੁੱਖ ਜਿਸ ਨੂੰ ਜੂਏ ਦੀ ਆਦਤ ਪੈ ਜਾਵੇ, ਭਾਈ ਸਾਹਿਬ ਕਹਿੰਦੇ ਨੇ ਜੂਏ ਦੇ ਵਿੱਚ ਭਾਵੇਂ ਆਪਣਾ ਸਭ ਕੁਝ ਹਾਰ ਜਾਏ, ਮਕਾਨ ਵਿਕ ਜਾਏ, ਦੁਕਾਨ ਵਿਕ ਜਾਏ, ਬੱਚੇ ਰੁੱਲ ਜਾਣ, ਘਰ ਦੇ ਭਾਂਡੇ ਵਿਕ ਜਾਂਦੇ ਨੇ, ਪਰ ਫਿਰ ਵੀ ਜੁਆਰੀ ਜੂਆ ਖੇਡਣ ਤੋਂ ਬਾਜ਼ ਨਹੀਂ ਆਉਂਦਾ ਹੈ, ਉਹ ਜੂਆ ਖੇਡਣਾ ਬੰਦ ਨਹੀਂ ਕਰਦਾ ਹੈ। ਭਾਵੇਂ ਕਿੱਧਰੋਂ ਵੀ ਇੰਤਜ਼ਾਮ ਕਰੇ, ਸ਼ਾਮ ਹੁੰਦਿਆਂ ਹੁੰਦਿਆਂ ਉਹਨੇ 2-4 ਹਜ਼ਾਰ ਦਾ ਇੰਤਜ਼ਾਮ ਕਰ ਹੀ ਲੈਣਾ ਵੈ, ਕਰ ਲਏਗਾ ਇੰਤਜ਼ਾਮ। ਇਹ ਪਰਸੋਂ ਚੌਥ ਦੀ ਗੱਲ ਹੈ, ਜਿੱਥੋਂ ਮੈਂ ਟ੍ਰੇਨ ਲੈਣੀ ਸੀ ਨਾ, ਉੱਥੇ ਇੱਕ ਸਾਡੇ ਭਾਈ ਸਾਹਿਬ ਦੇ ਮਿੱਤਰ ਨੇ, ਕਰੋੜਪਤੀ ਬੰਦਾ ਸੀ, ਕਰੋੜਪਤੀ ਬੰਦਾ, ਜੂਏ ਦੀ ਆਦਤ ਪੈ ਗਈ, ਹੁਣ ਐਸੀ ਹਾਲਤ ਹੋ ਗਈ ਹੈ ਥੋੜ੍ਹੇ ਦਿਨ ਬਾਅਦ ਉਸਦੀ ਦੁਕਾਨ ਵੀ ਵਿਕ ਜਾਣੀ ਹੈ, ਬਿਜ਼ਨਸ ਵੀ ਖਤਮ ਹੋ ਗਿਆ ਵੈ, ਪਰ ਕਹਿੰਦੇ ਨੇ ਅਜੇ ਵੀ ਖੇਡਦਾ ਪਿਆ ਇਸ ਉਮੀਦ ਦੇ ਵਿੱਚ ਜਿਹੜਾ ਮਾਲ ਗਿਆ ਹੋ ਸਕਦਾ ਅੱਜ ਆ ਜਾਵੇ ਵਾਪਸ। ਅਤੇ ਵਿਦਵਾਨ ਤਾਂ ਕਹਿੰਦੇ ਨੇ ਜੂਆ ਕਿਸੇ ਕਾ ਨਾ ਹੂਆ, ਇੱਥੇ ਕਿਸੇ ਦਾ ਹੁੰਦਾ ਹੀ ਨਹੀਂ ਹੈ, ਅੱਜ ਤੱਕ ਕੋਈ ਜੂਏ ਦੇ ਵਿੱਚ ਆਬਾਦ ਨਹੀਂ ਹੋਇਆ, ਬਰਬਾਦ ਤਾਂ ਲੱਖਾਂ ਕਰੋੜਾਂ ਹੀ ਹੋ ਗਏ ਨੇ। ਔਰ ਬੜੀ ਹੈਰਾਨਗੀ ਆਉਂਦੀ ਹੈ, ਜਿਨ੍ਹਾਂ ਨੂੰ ਅਸੀਂ ਦੇਵ ਪੁਰਸ਼ ਕਹਿੰਦੇ ਹਾਂ ਨਾ, ਦੇਵਤੇ, ਉਹ ਵੀ ਜੂਆ ਪਏ ਖੇਡਦੇ ਨੇ। ਮਹਾਂਭਾਰਤ ਦੀ ਦੇਖ ਲਓ ਤੁਸੀਂ ਜੰਗ, ਕਹਿੰਦੇ ਨੇ ਯੁਧਿਸ਼ਠਿਰ ਜੋ ਧਰਮ ਪੁੱਤਰ ਸੀ ਉਹ ਵੀ ਜੂਆ ਖੇਡਦਾ ਪਿਆ ਵੇ, ਔਰ ਜੂਆ ਖੇਡਦਿਆਂ ਖੇਡਦਿਆਂ ਆਪਣੇ ਸਿਰ ਦਾ ਤਾਜ ਵੀ ਹਾਰ ਗਿਆ, ਰਾਜ ਵੀ ਹਾਰ ਗਿਆ, ਖਜ਼ਾਨਾ ਹਾਰ ਗਿਆ, ਸੈਨਾ ਹਾਰ ਗਿਆ। ਔਰ ਜਿਸ ਵੇਲੇ ਸਭ ਕੁਝ ਖਤਮ ਹੋ ਗਿਆ ਨਾ, ਤਾਂ ਯੁਧਿਸ਼ਠਿਰ ਕਹਿੰਦਾ ਵੀ ਹੁਣ ਜੂਆ ਬੰਦ ਕਰਨਾ ਪੈਣਾ ਮੈਂ, ਅਤੇ ਦੁਰਯੋਧਨ ਕਹਿੰਦਾ ਵੀ ਨਹੀਂ ਅਜੇ ਇਸ ਨੂੰ ਚਾਲੂ ਰਹਿਣ ਦੇ, ਅਤੇ ਯੁਧਿਸ਼ਠਿਰ ਕਹਿੰਦਾ ਹੁਣ ਕੁਛ ਹੈ ਹੀ ਨਹੀਂ ਮੇਰੇ ਕੋਲ ਜੂਏ 'ਤੇ ਲਾਉਣ ਵਾਸਤੇ। ਦੁਰਯੋਧਨ ਕਹਿੰਦਾ ਇੱਕ ਚੀਜ਼ ਹੈ ਤੇਰੇ ਕੋਲ, ਕੀ ਹੈ? ਕਹਿੰਦਾ ਦ੍ਰੋਪਦੀ ਨੂੰ ਦਾਅ 'ਤੇ ਲਾ ਦੋ। ਉਹ ਧਾਰਮਿਕ ਪੁਰਸ਼ ਜਿਨ੍ਹਾਂ ਨੂੰ ਦੇਵਤੇ ਆਖਦੇ ਆ, ਇਸਤਰੀ ਉਹਨਾਂ ਵਾਸਤੇ ਇੱਕ ਚੀਜ਼ ਹੈ, ਉਹ ਜੂਏ ਦੇ ਵਿੱਚ ਹਾਰ ਵੀ ਜਾਂਦੇ ਨੇ ਅਤੇ ਜੂਏ ਦੇ ਵਿੱਚ ਜਿੱਤ ਵੀ ਜਾਂਦੇ ਨੇ। ਜੂਆ ਬੰਦ ਨਹੀਂ ਸੀ ਆਉਣਾ, ਅਗਰ ਉਹਨਾਂ ਦੇ ਕੋਲ ਧਨ ਖਤਮ ਨਾ ਹੁੰਦਾ ਤਾਂ ਜੂਆ ਬੰਦ ਨਹੀਂ ਸੀ ਆਉਣਾ। ਕਿਉਂ? ਕਿਉਂਕਿ ਜਿਸ ਨੂੰ ਆਦਤ ਪੈ ਜਾਏ ਨਾ, ਉਹ ਜੂਆ ਖੇਡਣਾ ਬੰਦ ਕਰ ਹੀ ਨਹੀਂ ਸਕਦਾ ਹੈ, ਕਦੀ ਨਹੀਂ ਕਰ ਸਕਦਾ। ਉਹ ਇਸ ਉਮੀਦ 'ਤੇ ਜੂਆ ਖੇਡਦਾ ਰਹੇਗਾ ਕਿ ਪਤਾ ਅਗਲਾ ਦਾਓ ਮੇਰਾ ਹੋ ਜਾਵੇ, ਬਸ ਇਸੇ ਦੇ ਵਿੱਚ ਸਭ ਕੁਝ ਬਰਬਾਦ ਕਰ ਲੈਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਜੁਆਰੀ ਨਾ ਸਰਬਸ ਹਾਰੇ ਸੇ ਤਖਤ ਹੈ, ਜੁਆਰੀ ਜੂਏ ਦੇ ਵਿੱਚ ਆਪਣਾ ਸਭ ਕੁਝ ਹਾਰ ਜਾਏ
ਪਰ ਜੂਆ ਖੇਡਣ ਤੋਂ ਉਹ ਥੱਕਦਾ ਨਹੀਂ ਹੈ ਕਿਉਂਕਿ ਉਸ ਦੀ ਸੰਗਤ ਜੁਆਰੀਆਂ ਦੇ ਨਾਲ ਜੁਆਰੀਆਂ ਦੀ ਸੰਗਤ ਨੇ ਐਸਾ ਅਸਰ ਪਾਇਆ ਹੈ। ਬੱਚੇ ਭਾਵੇਂ ਰੁੱਲ ਜਾਣ, ਬੱਚਿਆਂ ਦੀ ਫੀਸਾਂ ਭਾਵੇਂ ਦੇ ਨਾ ਸਕੇ, ਕੱਪੜੇ ਭਾਵੇਂ ਬੱਚਿਆਂ ਦੇ ਫਟੇ ਹੋਣ, ਕਾਰੋਬਾਰ ਨਿਕਲ ਜਾਏ, ਮਕਾਨ ਵਿਕ ਜਾਏ, ਪਰ ਜੂਆ ਖੇਡਣਾ ਬੰਦ ਨਹੀਂ ਕਰਦਾ ਹੈ। ਸੰਗਤ ਦਾ ਅਸਰ ਹੈ। ਤੀਸਰੀ ਪੰਕਤੀ ਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ, ਅਮਲੀ ਨਾ ਅਮਲ ਤਜਤ ਜਿਉਂ ਧਿਕਾਰ ਕੀਏ, ਦੋਖ ਦੁੱਖ ਲੋਕ ਬੈਦ ਸੁਨਤ ਛਕਤ ਹੈ। ਅਮਲੀ ਦੇ ਅਰਥ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ। ਕਿਸੇ ਨੂੰ ਅਮਲ ਲੱਗ ਜਾਏ ਕਿਸੇ ਵੀ ਚੀਜ਼ ਦਾ, ਸ਼ਰਾਬ ਦਾ ਲੱਗ ਜਾਏ, ਅਫੀਮ ਦਾ ਲੱਗ ਜਾਏ, ਤੰਬਾਕੂ ਦਾ ਲੱਗ ਜਾਏ, ਹੋਰ ਕਈ ਤਰ੍ਹਾਂ ਦੇ ਅੱਜ ਕੱਲ੍ਹ ਹੋਰ ਨਵੇਂ ਨਸ਼ੇ ਆ ਗਏ ਨੇ, ਕਿਸੇ ਵੀ ਨਸ਼ੇ ਦੀ ਆਦਤ ਪੈ ਜਾਏ, ਉਹ ਬੰਦਾ ਨਸ਼ਾ ਕਰਦਿਆਂ ਕਰਦਿਆਂ ਭਾਵੇਂ ਆਪਣਾ ਸਭ ਕੁਛ ਗਵਾ ਲਵੇ ਪਰ ਨਸ਼ੇ ਦਾ ਤਿਆਗ ਨਹੀਂ ਕਰਦਾ ਹੈ, ਕਦੀ ਵੀ ਬਿਲਕੁਲ ਤਿਆਗ ਨਹੀਂ ਕਰਦਾ। ਇੱਕ ਵਿਦਵਾਨ ਦੇ ਬੜੇ ਸੋਹਣੇ ਬੋਲ ਮੇਰੇ ਸਾਹਮਣੇ ਆ ਗਏ ਨੇ। ਕਹਿੰਦੇ, ਸਮੁੰਦਰ ਦੇ ਵਿੱਚ ਜਿਤਨਾ ਪਾਣੀ ਹੈ ਨਾ, ਕੋਈ ਉਸਦਾ ਅੰਦਾਜ਼ਾ ਨਹੀਂ ਲਾ ਸਕਦਾ ਹੈ। ਸਮੁੰਦਰ ਵਿੱਚ ਕਿਤਨਾ ਪਾਣੀ ਹੈ, ਪਰ ਉਸ ਅਥਾਹ ਪਾਣੀ ਨੇ ਅੱਜ ਤੱਕ ਇਤਨੇ ਮਨੁੱਖਾਂ ਨੂੰ ਡੋਬ ਕੇ ਨਹੀਂ ਮਾਰਿਆ ਹੈ ਜਿਤਨੇ ਮਨੁੱਖ ਸ਼ਰਾਬ ਦੇ ਪਿਆਲੇ ਵਿੱਚ ਡੁੱਬ ਕੇ ਮਰ ਗਏ ਹਨ। ਮੈਂ ਫਿਰ ਦੁਹਰਾ ਦਿੰਦਾ ਪੰਕਤੀਆਂ, ਸਮੁੰਦਰ ਦਾ ਪਾਣੀ ਅਥਾਹ ਹੈ ਪਰ ਇਤਨੇ ਮਨੁੱਖ ਅੱਜ ਤੱਕ ਸਮੁੰਦਰ ਦੇ ਪਾਣੀ ਨੇ ਡੋਬ ਕੇ ਨਹੀਂ ਮਾਰੇ ਹਨ ਜਿਤਨੇ ਮਨੁੱਖ ਸ਼ਰਾਬ ਦੇ ਛੋਟੇ ਜਿਹੇ ਪਿਆਲੇ ਵਿੱਚ ਡੁੱਬ ਕੇ ਮਰ ਗਏ ਹਨ। ਉਹ ਕਹਿੰਦਾ, ਭਰਾ ਹੈ ਜ਼ਹਿਰ ਸ਼ੀਸ਼ੇ ਮੈਂ, ਛੁਪੀ ਹੈ ਆਗ ਪਾਨੀ ਮੈਂ, ਗਲਾਸੋ ਮੈਂ ਜੋ ਡੂਬੇ ਹੈ ਵੋ ਕਹਾਂ ਉਭਰੇ ਜ਼ਿੰਦਗਾਨੀ ਮੈਂ। ਪਾਣੀ ਵਿੱਚ ਬੰਦਾ ਡੁੱਬਦਾ ਨਾ, ਤਾਂ ਕਹਿੰਦੇ ਨੇ ਪਾਣੀ ਤਿੰਨ ਵਾਰੀ ਉਸ ਨੂੰ ਬਾਹਰ ਸੁੱਟਦਾ, ਹੁਣ ਬਚ ਜਾ, ਹੁਣ ਬਚ ਜਾ, ਹੁਣ ਬਚ ਜਾ, ਨਾ ਬਚੇ ਤਾਂ ਫਿਰ ਉਸਦੀ ਕਿਸਮਤ ਹੈ। ਪਰ ਜਿਹੜਾ ਗਲਾਸ ਦੇ ਵਿੱਚ ਡੁੱਬ ਜਾਂਦਾ ਨਾ, ਉਹ ਬੰਦਾ ਕਦੀ ਨਹੀਂ ਉਭਰ ਸਕਦਾ ਹੈ। ਸਮੁੰਦਰ ਦੇ ਵਿੱਚੋਂ ਬੰਦਾ ਬਚ ਸਕਦਾ ਹੈ ਪਰ ਜਿਹੜਾ ਗਲਾਸ ਵਿੱਚ ਡੁੱਬ ਗਿਆ ਉਹ ਬੰਦਾ ਕਦੀ ਨਹੀਂ ਬਚ ਸਕਦਾ, ਕਦੀ ਵੀ ਨਹੀਂ। ਇੱਕ ਵਿਦਵਾਨ ਕਹਿੰਦਾ, ਆਮ ਫਲੇ ਪਰਿਵਾਰ ਸਿਉਂ, ਮਹੂ ਫਲੇ ਪੱਤ ਖੋਏ, ਤਾਂ ਕੋ ਰਸ ਸਾਜਣ ਪੀਏ, ਮਾਣ ਕਹਾਂ ਸੇ ਹੋਏ। ਇੱਕ ਇਸਤਰੀ ਨੇ ਦੂਸਰੀ ਨੂੰ ਪੁੱਛਿਆ ਵੀ ਤੇਰਾ ਪਤੀ ਸਵੇਰੇ ਬੜਾ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਕੇ ਘਰੋਂ ਨਿਕਲਦਾ ਵੇ, ਅਤੇ ਜਿਸ ਵੇਲੇ ਵਾਪਸ ਆਉਂਦਾ ਤਾਂ ਬੜਾ ਬੇਇੱਜ਼ਤ ਹੋ ਕੇ ਆਉਂਦਾ ਵੇ, ਪੱਗ ਇਸ ਨੇ ਕੱਛਾਂ ਵਿੱਚ ਮਾਰੀ ਆਉਂਦੀ ਹੈ, ਕੱਪੜੇ ਲਿਬੜੇ ਹੁੰਦੇ ਨੇ ਚਿੱਕੜ ਦੇ ਨਾਲ, ਮਿੱਟੀ ਦੇ ਨਾਲ ਜਾਂਦਾ ਬੜੀ ਇੱਜ਼ਤ ਦੇ ਨਾਲ ਅਤੇ ਆਉਂਦਾ ਬੜੀ ਬੇਇੱਜ਼ਤੀ ਦੇ ਨਾਲ ਹੈ, ਇਹਦਾ ਕਾਰਨ ਕੀ ਹੈ? ਉਹਦੇ ਅੰਦਰ ਦੇ ਜੋ ਭਾਵ ਨਿਕਲੇ ਨਾ, ਫਿਰ ਕਵੀ ਨੇ ਉਸਨੂੰ ਕਲਮ ਬੰਦ ਕੀਤਾ। ਕਹਿੰਦਾ, ਆਮ ਫਲੇ ਪਰਿਵਾਰ ਸਿਉਂ, ਮਹੂ ਫਲੇ ਪੱਤ ਖੋਏ। ਦੋ ਦਰਖਤ ਨੇ, ਅੰਬ ਦੇ ਬੂਟੇ ਨੂੰ ਜਦੋਂ ਫਲ ਲੱਗਦਾ ਨਾ, ਤਾਂ ਪੁਰਾਣੇ ਪੱਤੇ ਗਿਰ ਜਾਂਦੇ ਨੇ, ਨਵੇਂ ਪੱਤੇ ਆ ਜਾਂਦੇ ਨੇ, ਫਿਰ ਉਸਨੂੰ ਬੂਰ ਪੈਂਦਾ, ਫਿਰ ਫੁੱਲ ਆਉਂਦੇ ਨੇ, ਬੜੀ ਸੋਹਣੀ ਫਿਰ ਖੁਸ਼ਬੂ ਆਉਂਦੀ ਹੈ, ਉੱਤੇ ਫਿਰ ਕੋਇਲ ਬੋਲਦੀ ਹੈ, ਫਿਰ ਸੋਹਣੇ ਮਿੱਠੇ ਅੰਬ ਲੱਗ ਜਾਂਦੇ ਨੇ। ਇੱਕ ਤਰ੍ਹਾਂ ਦਾ ਸਾਰਾ ਪਰਿਵਾਰ ਉਸਦਾ ਫਲੀਭੂਤ ਹੋ ਜਾਂਦਾ ਵੇ। ਕਹਿੰਦੇ, ਆਮ ਫਲੇ ਪਰਿਵਾਰ ਸਿਉਂ, ਮਹੂ ਫਲੇ ਪੱਤ ਖੋਏ। ਮਹੂਏ ਦਾ ਦਰਖਤ MP ਦੇ ਵਿੱਚ ਬਹੁਤ ਹੈ, ਮੱਧ ਪ੍ਰਦੇਸ਼ ਦੇ ਵਿੱਚ। ਕਦੀ ਇੰਦੌਰ ਤੋਂ ਤੁਸੀਂ ਓਂਕਾਰੇਸ਼ਵਰ ਜਾਓਗੇ, ਜਿੱਥੇ ਮਹਾਰਾਜ ਨੇ ਓਂਕਾਰ ਦੀ ਬਾਣੀ ਉਚਾਰਨ ਕੀਤੀ ਹੈ, ਰਸਤੇ ਵਿੱਚ ਬਹੁਤ ਨੇ ਦਰਖਤ। ਇਸ ਮਹੂਏ ਦੇ ਦਰਖਤ ਨੂੰ ਜਦ ਫਲ ਲੱਗਦਾ ਨਾ, ਤਾਂ ਸਾਰੇ ਪੱਤੇ ਗਿਰ ਜਾਂਦੇ ਨੇ, ਇੱਕ ਵੀ ਪੱਤਾ ਨਹੀਂ ਰਹਿੰਦਾ, ਉਸ ਤੋਂ ਬਾਅਦ ਫਿਰ ਉਸਨੂੰ ਫਲ ਲੱਗਦਾ ਵੇ। ਕਹਿੰਦਾ, ਅੰਬ ਨੂੰ ਫਲ ਲੱਗਦਾ ਤਾਂ ਉਸਦਾ ਸਾਰਾ ਪਰਿਵਾਰ ਫਲੀਭੂਤ ਆਉਂਦਾ ਹੈ, ਮਹੂਏ ਨੂੰ ਫਲ ਲੱਗਦਾ ਤਾਂ ਇਸਦਾ ਸਾਰਾ ਪਰਿਵਾਰ ਉਜੜ ਜਾਂਦਾ ਵੇ, ਪੱਤੇ ਵੀ ਗਿਰ ਜਾਂਦੇ ਨੇ, ਫੁੱਲ ਵੀ ਗਿਰ ਜਾਂਦੇ ਨੇ, ਫਿਰ ਉਸਨੂੰ ਫਲ ਲੱਗਦਾ। ਤਾਂ ਕੋ ਰਸ ਸਾਜਨ ਪੀਏ, ਸ਼ਰਾਬ ਬਣਦੀ ਹੈ ਮਹੂਏ ਦੀ।
ਕਹਿੰਦੇ ਤਾਂ ਕੋ ਰਸ ਸਾਜਨ ਪੀਏ ਮਾਣ ਕਹਾਂ ਸੇ ਹੋਏ। ਜਿਸ ਦਰਖਤ ਨੂੰ ਫਲ ਲੱਗਦਾ ਅਤੇ ਉਹ ਉਜੜ ਜਾਂਦਾ ਉਹਦਾ ਰਸ ਪੀਣ ਵਾਲਾ ਭਲਾ ਮਾਣ ਕਿੱਥੋਂ ਪ੍ਰਾਪਤ ਕਰ ਸਕਦਾ ਹੈ। ਬੜੀ ਗਹਿਰੀ ਗੱਲ ਕੀਤੀ ਹੈ ਉਸਨੇ। ਗੁਰਬਾਣੀ ਸਾਨੂੰ ਭਾਵੇਂ ਰੋਕਦੀ ਏ, ਇੱਤ ਬੰਤ ਪੀਤੇ ਨਾਨਕਾ ਬਹੁਤੇ ਖੱਟੀਏ ਵਿਕਾਰ, ਬਹੁਤ ਸਾਰੀਆਂ ਪੰਕਤੀਆਂ ਨੇ, ਪਰ ਅੱਜ ਤੇ ਸਿੱਖ ਸ਼ਰਾਬ ਇਸ ਤਰ੍ਹਾਂ ਪੀਂਦਾ ਜਿਵੇਂ ਰਹਿਤ ਮਰਿਆਦਾ ਵਿੱਚ ਲਿਖ ਕੇ ਗਏ ਨੇ, ਇਸ ਤਰ੍ਹਾਂ ਪੀਂਦੇ ਨੇ। ਜਦੋਂ ਕਈ ਆਮ ਧਰਮਾਂ ਦੇ ਲੋਕ ਸਾਨੂੰ ਕਹਿੰਦੇ ਨੇ ਸ਼ਰਾਬ ਨਹੀਂ ਪੀਤੇ ਆਪ, ਕੈਸੇ ਸਿੱਖ ਹੈ ਆਪ, ਮੈਂ ਆਖਿਆ ਕਿਉਂ ਸਿੱਖ ਦੇ ਉੱਤੇ ਠੱਪਾ ਲੱਗਿਆ ਵੀ ਇਹਨੇ ਸ਼ਰਾਬ ਪੀਣੀ ਹੈ। ਕਹਿੰਦਾ ਹਮਨੇ ਤੋ ਜਿਤਨੇ ਵੀ ਦੇਖੇ ਹੈ ਸ਼ਰਾਬ ਕੇ ਬਿਨਾਂ ਤੋ ਸਿੱਖ ਹੋ ਹੀ ਨਹੀਂ ਸਕਦਾ ਹੈ, ਸਰਦਾਰ ਹੋ ਹੀ ਨਹੀਂ ਸਕਦਾ ਹੈ। ਐਸੀ ਛਵੀ ਅੱਜ ਸਾਡੀ ਬਣ ਕੇ ਰਹਿ ਗਈ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਸ ਵਕਤ ਬਾਬਰ ਦੇ ਦਰਬਾਰ ਵਿੱਚ ਪਹੁੰਚੇ ਸਨ ਤਾਂ ਬਾਬਰ ਨੇ ਇੱਕ ਪਿਆਲਾ ਪੇਸ਼ ਕੀਤਾ ਸੀ। ਮਹਾਰਾਜ ਪੁੱਛਦੇ ਨੇ ਕੀ ਹੈ ਇਸ ਦੇ ਵਿੱਚ। ਕਹਿੰਦੇ ਮਹਾਰਾਜ ਇਹ ਆਬੇ ਹਯਾਤ ਹੈ, ਅੰਮ੍ਰਿਤ ਹੈ। ਸਤਿਗੁਰ ਪੁੱਛਦੇ ਨੇ ਪੀਣ ਨਾਲ ਕੀ ਹੋਵੇਗਾ। ਕਹਿੰਦੇ ਪੀਣ ਦੇ ਨਾਲ ਇੱਕ ਸਰੂਰ ਇੱਕ ਮਸਤੀ ਚੜ੍ਹ ਜਾਂਦੀ ਹੈ। ਸਤਿਗੁਰ ਪੁੱਛਦੇ ਨੇ ਕਿਤਨੀ ਦੇਰ ਅਸਰ ਰਹੇਗਾ। ਕਹਿੰਦਾ 2-4 ਘੰਟੇ। ਫਿਰ ਕੀ ਕਰੋਗੇ? ਕਹਿੰਦਾ ਇੱਕ ਗਲਾਸ ਹੋਰ ਪੀ ਲਵਾਂਗੇ, ਫਿਰ ਉਹਦਾ ਨਸ਼ਾ ਉਤਰ ਜਾਏਗਾ, ਇੱਕ ਗਲਾਸ ਫਿਰ ਪੀ ਲਵਾਂਗੇ। ਫਿਰ ਸਤਿਗੁਰੂ ਕਹਿੰਦੇ ਨੇ ਤੇਰੀ ਪੀਤੀ ਹੋਈ ਸ਼ਰਾਬ ਦਾ ਨਸ਼ਾ ਉਤਰ ਜਾਂਦਾ 4 ਘੰਟੇ ਬਾਅਦ, ਮੈਂ ਜਿਹੜੀ ਸ਼ਰਾਬ ਪੀਤੀ ਹੈ ਉਹਦਾ ਨਸ਼ਾ ਕਦੀ ਉਤਰਦਾ ਹੀ ਨਹੀਂ ਹੈ, ਬਿਲਕੁਲ ਕਦੀ ਨਹੀਂ। ਪੋਸਤ ਭੰਗ ਹਫੀਮ ਮੱਧ ਉਤਰ ਜਾਤ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਮੈਂ ਤੇ ਨਾਮ ਦੀ ਸ਼ਰਾਬ ਪੀਤੀ ਹੈ ਜਿਸ ਦਾ ਨਸ਼ਾ ਕਦੀ ਉਤਰਦਾ ਹੀ ਨਹੀਂ ਹੈ, ਤੇਰੀ ਸ਼ਰਾਬ 4 ਘੰਟਿਆਂ ਬਾਅਦ ਉਤਰ ਜਾਂਦੀ ਹੈ, ਮੈਂ ਇੱਕ ਵਾਰੀ ਪੀਤੀ ਹੈ ਤਾਂ ਕਦੀ ਨਸ਼ਾ ਹੀ ਨਹੀਂ ਉਤਰਦਾ ਹੈ। ਭਾਈ ਸਾਹਿਬ ਕਹਿੰਦੇ ਨੇ ਸ਼ਰਾਬੀ ਸ਼ਰਾਬ ਦੇ ਵਿੱਚ ਸਭ ਕੁਝ ਹਾਰ ਜਾਏ ਪਰ ਉਹ ਸ਼ਰਾਬ ਪੀਣੀ ਬੰਦ ਨਹੀਂ ਕਰਦਾ। 3 ਪੰਕਤੀਆਂ ਦੇ ਵਿੱਚ ਭਾਈ ਸਾਹਿਬ ਨੇ ਪ੍ਰਮਾਣ ਦੇ ਕੇ 4ਵੀਂ ਪੰਕਤੀ ਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਅਧਮ ਅਸਾਧ ਸੰਗ ਛੱਡਤ ਨਾ ਅੰਗੀਕਾਰ, ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ। ਅਧਮ ਕਹਿੰਦੇ ਨੇ ਨੀਚ ਲੋਕਾਂ ਨੂੰ, ਜਿਹੜੇ ਇਹ ਚੋਰ ਨੇ, ਡਾਕੂ ਨੇ, ਸ਼ਰਾਬੀ ਨੇ, ਜੁਆਰੀ ਨੇ, ਭਾਈ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਨੀਚ ਲੋਕ ਆਖਿਆ ਵੇ। ਅਧਮ ਅਸਾਧ ਸੰਗ ਛੱਡਤ ਨਾ ਅੰਗੀਕਾਰ, ਜਿਸ ਤਰ੍ਹਾਂ ਇਹ ਨੀਚ ਲੋਕ ਆਪਣੀ ਸੰਗਤ ਦਾ ਤਿਆਗ ਨਹੀਂ ਕਰਦੇ। ਦੇਖੋ ਚੋਰ ਨੂੰ ਮਾਰ ਪੈਂਦੀ ਹੈ ਪਰ ਚੋਰੀ ਬੰਦ ਨਹੀਂ ਕਰਦਾ, ਡਾਕੂ ਦੇ ਸਿਰ 'ਤੇ ਮੌਤ ਦੀ ਸਜ਼ਾ ਪਰ ਡਾਕਾ ਬੰਦ ਨਹੀਂ ਕਰਦਾ ਹੈ, ਕਾਮੀ ਪੁਰਸ਼ ਨੂੰ ਭਾਵੇਂ ਬਿਮਾਰੀਆਂ ਲੱਗ ਜਾਣ ਪਰ ਵੇਸਵਾ ਦਾ ਸੰਗ ਨਹੀਂ ਛੋੜਦਾ ਹੈ, ਜੁਆਰੀ ਭਾਵੇਂ ਆਪਣਾ ਸਭ ਕੁਝ ਹਾਰ ਜਾਏ ਪਰ ਜੂਆ ਬੰਦ ਨਹੀਂ ਕਰਦਾ, ਸ਼ਰਾਬੀ ਭਾਵੇਂ ਸ਼ਰਾਬ ਦੇ ਵਿੱਚ ਸਭ ਕੁਛ ਰੋੜ ਦੇ ਪਰ ਸ਼ਰਾਬ ਪੀਣੀ ਬੰਦ ਨਹੀਂ ਕਰਦਾ। ਭਾਈ ਸਾਹਿਬ ਕਹਿੰਦੇ ਨੇ ਐ ਗੁਰੂ ਕੇ ਸਿੱਖਾ, ਇਹਨਾਂ ਨੀਚ ਲੋਕਾਂ ਕੋਲੋਂ ਕੁਛ ਸਿੱਖ, ਜਿਸ ਤਰ੍ਹਾਂ ਇਹ ਨੀਚ ਲੋਕ ਆਪਣੀ ਸੰਗਤ ਦੇ ਨਾਲ ਪਿਆਰ ਕਰਦੇ ਨੇ, ਇਸ ਤਰ੍ਹਾਂ ਹੀ ਤੂੰ ਗੁਰੂ ਕੀ ਸੰਗਤ ਦੇ ਨਾਲ ਪਿਆਰ ਕਰ। ਅਧਮ ਅਸਾਧ ਸੰਗ ਛੱਡਤ ਨਾ ਅੰਗੀਕਾਰ, ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ। ਭਾਈ ਸਾਹਿਬ ਕਹਿੰਦੇ ਨੇ ਐ ਗੁਰੂ ਕੇ ਸਿੱਖਾ, ਉਹ ਨੀਚ ਲੋਕ ਜਿਨ੍ਹਾਂ ਨੂੰ ਸਜ਼ਾ ਮਿਲਦੀ ਹੈ ਫਿਰ ਵੀ ਆਪਣੀ ਸੰਗਤ ਦਾ ਤਿਆਗ ਨਹੀਂ ਕਰਦੇ, ਗੁਰੂ ਕੀ ਸੰਗਤ ਦੇ ਵਿੱਚੋਂ ਤੈਨੂੰ ਨਵਾਂ ਜੀਵਨ ਮਿਲਣਾ ਹੈ, ਗੁਰੂ ਕੀ ਸੰਗਤ ਦੇ ਵਿੱਚੋਂ ਤੈਨੂੰ ਪਰਮ ਪ੍ਰਕਾਸ਼ ਮਿਲਣਾ ਹੈ, ਸੁੱਖ ਮਿਲਣਾ ਹੈ, ਫਿਰ ਤੂੰ ਸਤ ਸੰਗਤ ਦਾ ਤਿਆਗ ਕਿਉਂ ਕਰ ਦੇਣਾ। ਮੈਂ ਥੋੜ੍ਹਾ ਜਿਹਾ ਰਾਤ ਨੂੰ TV ਦੇਖ ਲਈਏ ਨਾ ਤਾਂ ਸਵੇਰੇ ਸਿਰ ਪਕੜ ਕੇ ਬਹਿ ਜਾਂਦੇ ਨੇ ਹੁਣ ਗੁਰਦੁਆਰੇ ਨਹੀਂ ਜਾਣਾ, ਥੋੜ੍ਹਾ ਜਿਹਾ ਕੋਈ ਪ੍ਰੋਬਲਮ ਹੋ ਜਾਏ, ਕੋਈ ਪਰੇਸ਼ਾਨੀ ਹੋ ਗਈ ਹੈ, ਚਲੋ ਅੱਜ ਗੁਰਦੁਆਰੇ ਦੀ ਛੁੱਟੀ ਕਰ ਦਿਓ, ਪਰ ਜੇ ਕਿਧਰੇ ਪਾਰਟੀ 'ਤੇ ਜਾਣਾ ਹੋਵੇ, ਕਿਧਰੇ ਹੋਰ ਸਿਨੇਮਾ ਦੇਖਣ ਜਾਣਾ ਹੋਵੇ, ਤਮਾਸ਼ਾ ਦੇਖਣ ਜਾਣਾ ਹੋਵੇ, ਭਾਵੇਂ ਕਈ ਤਰ੍ਹਾਂ ਦੀ ਸਰੀਰ ਨੂੰ ਤਕਲੀਫ ਹੋਵੇ ਫਿਰ ਵੀ ਬੰਦਾ ਉੱਥੇ ਪਹੁੰਚ ਹੀ ਜਾਂਦਾ ਹੈ ਕਿਉਂਕਿ ਅੰਦਰ ਪ੍ਰੇਮ ਨਹੀਂ ਹੈ। ਸਤਿਗੁਰੂ ਐਸੀ ਦਾਤ ਬਖਸ਼ਿਸ਼ ਕਰਨ, ਪ੍ਰੇਮ ਦੇ ਨਾਲ ਸਤਸੰਗਤ ਵਿੱਚ ਆਈਏ, ਗੁਰੂ ਕੀ ਸੰਗਤ ਕਰਦਿਆਂ ਪਰਮ ਜੀਵਨ ਦੀ ਸਾਨੂੰ ਪ੍ਰਾਪਤੀ ਹੋਵੇ।
10 ਮਿੰਟ ਮੈਂ ਤੁਹਾਡੇ ਜ਼ਿਆਦਾ ਲੈ ਗਿਆ, ਸ਼ਮਾ ਦਾ ਜਾ ਚੱਕਾਂ, ਬੁੱਲਾਂ ਚੁੱਕਾਂ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਰਣੀ ਕੋ